Halo, Sengko. ਰਾਣੀ ਦੇ ਅੱਗੇ ਵੀਰੇ ਸੋਨੀ ਭੈਣੀ ਇੱਕ ਤੇ ਲਾਈ ਵੀਰੇ ਖੰਨਾ ਵਾਲੀਬਾਲ ਸ਼ੂਟਿੰਗ ਦਾ ਪੈਟ ਆ ਤੇ ਨਾਲ ਸਰਪੰਚ ਖੰਨਾ ਖੰਨੇ ਵਾਲਾ ਹੀ ਹੋ ਬਾਈ ਕੱਲਾ ਖੰਨੇ ਵਾਲੇ ਆ ਖੰਨਾ ਵਾਲੀਬਾਲ ਸ਼ੂਟਿੰਗ ਦਾ ਉਹ ਸਾਹਮਣੇ ਆਇਆ ਖੜਾ ਉਹਦਾ ਖੰਨੇ ਵਾਲੇ ਪੇਜ ਤੇ ਹੋਊਗਾ ਬਾਈ ਚੁੱਕ ਜਾਂਦਾ ਮੈਚ ਆਹ ਤਕੜਾ ਮੈਚ ਆ ਬਈ ਸ਼ੇਅਰ ਕਰਿਓ ਸਾਰੇ ਭਰਾ ਜਿੰਨੇ ਭਰਾ ਆਪਣੇ ਪੇਜ ਤੇ ਲਾਈਵ ਹੋ ਸਾਰੇ ਭਰਾਵਾਂ ਧੰਨਵਾਦ ਸ਼ੇਅਰ ਕਰੀ ਆਓ ਤਕੜਾ ਮੈਚ ਆ ਖੰਜਰਾਲ ਵਰਸਿਸ ਕਟਿਆਣੀ ਸੈਮੀ ਆ ਜੀ ਸੈਮੀ ਫਾਈਨਲ ਮੈਚ ਆ ਹੈਲੋ ਹਵਾਲਾ ਪੰਪ ਪਾਉਣ ਦਾ ਕਰੋ ਜੀ ਬੇਨਤੀ ਹੈ ਮੇਰੀ ਹਵਾਲਾ ਪੰਪ ਪਾਉਣ ਦਾ ਕਰ ਦਿਓ ਬੇਨਤੀ ਹੈ ਇਸ ਭਰਾ ਕੋਲੇ ਵੀ ਹਵਾਲਾ ਪੰਪ ਹੈ ਪਿਆ ਹੈ ਤੇ ਜ਼ਰੂਰ ਪਹੁੰਚਦਾ ਕਰੋ ਜੀ ਹਵਾਲਾ ਪੰਪ ਲੈ ਇੱਕ ਲੈ ਵਾਲਾ ਵੀਰਵਾਰ ਦੇ ਇੱਧਰ ਵੀ ਮੈਚ ਚੱਲਦਾ ਯਾਰ ਰਾਜੂ ਭਰਾ ਬਣ ਕੇ ਰੂ ਭੇਜ ਇੱਕ ਬੰਦਾ ਦੋ ਜਣੇ ਭੇਜ ਦੇ ਪਿੰਦਰ ਨੇ ਨੰਬਰ ਜੋੜਤਾ ਬਾਈ ਪਹਿਲਾਂ ਉਧਰ ਕਰੀ ਆਓ ਸ਼ੇਰ ਤਕੜਾ ਮੈਂ ਲੱਗਣਾ ਬਾਈ ਪਿੰਦਰ ਖੰਜਰ ਵਾਲੀ ਨੇ ਨੰਬਰ ਜੋੜਤਾ ਵਾਲੀਬਾਲ ਸ਼ੂਟਿੰਗ ਆਲ ਇੰਡੀਆ ਪੇਜ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਸ਼ੇਅਰ ਕਰੀ ਆਓ ਬਾਈ ਬਾਬਾ ਜੀ ਨੰਬਰ ਦੱਸਿਓ ਕਵਰੀ ਜੀ ਇੱਕ ਜੀਰੋ ਜੀ ਜੀਰੋ ਕਿਹੜੀ ਸਾਈਡ ਹੈ ਤੇਰੇ ਵਾਲੀ ਸਾਈਡ ਜੀਰੋ ਹੈ ਤੇ ਉੱਧਰ ਇੱਕ ਹੈ ਕਾਰਤਿਕ ਮੋਹ ਸਿੱਧੂ ਹਾਰ ਗਿਆ ਸੀ ਖੰਜਰਾਲ ਤੋਂ ਜਸ਼ਨ ਸ਼ਰਮਾ ਜੀ ਦੋ ਲਾਈਵ ਹੈ ਜੀ ਉੱਧਰ ਇੱਕ ਸਾਈਡ ਹੈ ਜੀ ਬਾਈ ਰਿਸਪੈਕਟ ਕਰਦੇ ਆ ਜੀ ਪੰਪ ਸਾਹਿਬ ਨੇ ਕਿਹਾ ਵੀ ਸਾਈਡ ਨਾਲਾ ਵੀ ਸਾਈਡ ਚੱਕਿਆ ਨਹੀਂ ਸਾਈਡ ਜੀ ਪੰਨਾ ਵਾਲੀ ਬਾਈ ਜੀ ਹੁਣ ਚੈੱਕ ਉਧਰ ਸਾਡੇ ਸੰਭੂ ਸਰਪੰਚੀ ਤੇ ਸੈਰੀ ਬਾਈ ਸਾਡਾ ਫਰੂਸਾ ਵਾਲਾ ਤੇ ਨਾਲ ਸਾਡੇ ਸੈਣੀ ਸਾਹਿਬ ਹੈ ਨਾਲ ਸਾਡੇ ਕੀਪਾ ਜੀ ਗੌਰਵ ਕਾਲ ਦਾ ਕਹਿੰਦੇ ਐਲਈਡੀ ਤੇ ਦੇ ਦਿੱਤੀ ਹੈ 2100 ਦੇ ਨਾਲ ਸਨਮਾਨ ਕੀਤਾ ਜਾਂਦਾ ਲੈ ਵੀ ਗੌਰਵ ਕਾਲ ਰਾਜਾ ਨਗਦ ਰਾਸ਼ੀ 2100 ਦੇ ਨਾਲ ਲੈ ਜਾ ਆਪਣਾ ਸਨਮਾਨ ਗੌਰਵ ਕਾਲ ਸਾਡਾ
ਬਹੁਤ ਸੋਹਣੇ ਮੈਚ ਦੀ ਸ਼ੁਰੂਆਤ ਹੋ ਗਈ ਹੈ, ਵਾਢੂ ਚਲਾਈਏ ਮੈਚ ਜਲਦੀ ਦੇ ਨਾਲ ਆਪਾਂ। ਬਹੁਤ ਨੈਟਮੈਨ ਵੀ ਕਹਿੰਦੇ ਕਮਾਲ ਦੀ ਹੈ ਦੋਨੋਂ ਟੀਮਾਂ ਦੇ, ਬੜਾ ਵਧੀਆ ਮੁਕਾਬਲਾ ਖੇਡਿਆ ਜਾ ਰਿਹਾ। ਉਹ ਵਧਾਈਆਂ ਵਾਲਾ ਆ ਗਿਆ ਭਾਊ, ਜਾਂ ਬਾਲ ਮਾਰੂ ਤੇ ਜਾਂ ਖਾਓ, ਆ ਠੇਕੇਦਾਰ ਹੈ ਵੱਡਾ ਮੈਚ ਕਹਿੰਦੇ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ। ਟੱਕਰ ਬੜੀ ਜਾਨਦਾਰ ਹੈ, ਦੋਨੋਂ ਟੀਮਾਂ ਬੜੀਆਂ ਮੰਡੀਆਂ ਪ੍ਰਬੰਧੀਆਂ ਟੀਮਾਂ ਹੈ, ਸਿਰੇ ਦੀ ਟੱਕਰ ਖੇਡੀ ਜਾ ਰਹੀ ਹੈ। ਮੈਚ ਇੱਧਰ ਵੀ ਕਹਿੰਦੇ ਬਹੁਤ ਤਕੜਾ, ਇੱਕ ਪਾਸੇ ਸੋਭੇ ਮਾਨਾਲ ਦੀ ਟੀਮ ਖੇਡਦੀ ਹੈ, ਉਹ ਮਹਾਨ ਖਿਡਾਰੀ ਦੇ ਨਾਂ ਤੇ ਬਣੀ ਹੋਈ ਖੇਡ ਕਲੱਬ ਹੈ ਮਾਨਾਲੀਆ ਸੋਭਾ, ਸਾਡਾ ਵੀਰ ਉਹਦੇ ਨਾਂ ਤੇ ਬਣੀ ਹੋਈ ਟੀਮ ਹੈ। ਬਹੁਤ ਸੋਹਣਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹੈ। ਟੱਕਰ ਕਹਿੰਦੇ ਬੜੀ ਜਾਨਦਾਰ ਹੈ, ਮੈਚ ਹੋਰ ਵੀ ਟਿਕਾਣੇ ਚੱਲ ਪਾਉਣਗੇ, ਪਤਾ ਲੱਗ ਜੋ ਕਿੰਨਾ ਕੁ ਡੂੰਘਾ ਪਾਣੀ, ਕੁੰਡੀਆਂ ਦੇ ਸਿੰਘ ਫਸ ਗਏ, ਕੋਈ ਨਿਤਲੋੜੇ ਵੀ ਖਾਣੀ। ਉਹ ਕਹਿੰਦੇ ਨੰਬਰ ਫਿਰ ਘਟਿਆਣੀ ਦੀ ਟੀਮ ਦੇ ਖਾਤੇ, ਫਾਜ਼ਿਲ ਕਹਿਣ ਦੇ ਖਾਤੇ ਜੁੜ ਗਿਆ ਹੈ। ਮੈਚ ਦੋ ਨੰਬਰ ਦਾ ਵੀ ਤਕੜਾ ਹੈ, ਮੈਚ ਕਹਿੰਦੇ ਇੱਕ ਚ ਵੀ ਬਹੁਤ ਤਕੜਾ ਹੈ। ਉਹ ਚੁੱਕਿਆ ਉਹਨਾਂ ਨੇ ਪਹਿਲਾਂ ਕਾਲੀਆਂ ਨਾਲ ਤੋੜਤੀ, ਤੇ ਕਾਲੀਆਂ ਨੇ ਕਹਿੰਦੇ ਭੁਨਿਆਰੀਆਂ ਨਾਲ ਤੋੜਤਾ ਹੈ। ਸਮੇਂ ਦੇ ਨਾਲ ਨੰਬਰ ਕਹਿੰਦੇ ਸਭ ਦੇ ਲੱਗ ਰਹੇ ਹੈ। ਬਹੁਤ ਤਕੜਾ ਮੁਕਾਬਲਾ ਆਪਾਂ ਦੇਖ ਰਹੇ ਇੱਧਰ, ਭਿੰਦੇ ਵਰਗੇ ਮਣੀ ਮਜੀਦਪੁਰੀਆ ਲਾਭ ਹੈ ਕਹਿੰਦੇ ਗਿੱਲਾਂ ਦੀ ਧਰਤੀ ਦਾ, ਗਿੱਲ ਪਿੰਡ ਕਹਿੰਦੇ ਕੋਰੀਅਰ ਦਾ ਪਿੰਡ ਹੈ, ਟੌਪ ਦੀ ਟੀਮ ਖੇਡ ਮੈਦਾਨ ਦੇ ਵਿੱਚ। ਵਧਾਈਆਂ ਦਾ ਭਾਊ ਕਹਿੰਦੇ ਸਰਵੇ ਕਰਨ ਦੇ ਲਈ ਤਿਆਰ ਵਰਤਿਆਰ ਹੈ ਮੁੰਡਾ ਖੇਡ ਮੈਦਾਨ ਦੇ ਵਿੱਚ। ਬੜੀ ਸੋਹਣੀ ਟੀਮ ਹੈ, ਬੜੀ ਮੰਨੀ ਪ੍ਰਮੰਨੀ ਕਹਿੰਦੇ ਟੀਮ ਖੇਡ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹੈ। ਅਗਲੀ ਸਰਵੇ ਮੁੰਡੇ ਨੇ ਕਰ ਦਿੱਤੀ ਹੈ, ਇੱਕੋ ਰੱਸੇ ਬੰਨੀਆਂ ਨਾ ਯਾਨ ਯਾਰੀਆਂ, ਕਈ ਵਾਰੀਆਂ ਆਪਣੇ ਵੀ ਕਰ ਜਾਂਦੇ ਮਾੜੀਆਂ, ਦਿਨ ਵਿੱਚ ਜਿਹੜੇ ਹੁੰਦੇ ਹੈ ਭਰਾ, ਰਾਤੋ ਰਾਤ ਹੁੰਦਾ ਹੈ ਮਾਹੌਲ ਚੇਂਜ, ਧੱਕੇ ਖਾ ਕੇ ਪਤਾ ਲੱਗੇ ਦੁਨੀਆਦਾਰੀ ਦਾ, ਹੁੰਦੇ ਨਾ ਗਦਾਮਾ ਨਾ ਦਿਮਾਗ ਚੇਂਜ। ਇਹ ਸਰਪੰਚ ਜੁੜਿਆ ਨਾ 10 ਨੰਬਰ ਕਿੰਨੇ ਕਿੰਨੇ ਹੈ, 4-1, 4-1, 4 ਜਿਹੜੇ ਨੰਬਰ ਕਹਿੰਦੇ ਘਟਿਆਲੇ ਦੀ ਟੀਮ ਦੇ ਹੋ ਗਏ। ਸਿੱਧੂਆਂ ਦਾ ਧਰਮ ਸਿੰਘ ਨਾਂ ਰੱਖਿਆ ਮਾਪਿਆਂ ਨੇ, ਤੇ ਬਾਲੀਵਾਲ ਵਾਲਾ ਦਾ ਕਹਿੰਦੇ ਸੋਨੀ ਭੈਣੀ ਬਣ ਗਿਆ। ਉਹ ਕਹਿੰਦੇ ਧਰਮ ਸਿੰਘ ਤੋਂ ਸੋਨੀ ਤੇ ਸੋਨੀ ਤੋਂ ਭੈਣੀ ਬਾਈ ਵਾਲਾ ਸੋਨੀ ਬਣਨ ਲਈ ਬੜਾ ਸਮਾਂ ਲੱਗਿਆ। ਇਹ ਭਿੰਦੇ ਦਾ ਵੀਰ ਹੈ, ਇਹ ਕਹਿੰਦੇ ਮੇਜਰ ਸਿੰਘ ਸਰਪੰਚ ਦਾ ਪੁੱਤਰ ਹੈ। ਹੋਰ ਬੱਲੇ ਬੱਲੇ ਹੋਈ ਪਈ ਹੈ ਬਾਸੀਆਂ ਵਾਲਾ, ਬਾਲ ਇੱਕ ਤੇ ਬੰਦੇ ਦੋ ਡਿੱਗਦੇ ਹੈ, ਦੋਨੋਂ ਟੀਮਾਂ ਕਹਿੰਦੇ ਬੜੀਆਂ ਮੰਨੀਆਂ ਪ੍ਰਮੰਨੀਆਂ ਟੀਮਾਂ। ਵਾਹ ਮੁੰਡਿਆ ਕਮਾਲ ਕਰ ਦਿੱਤੀ ਹੈ। ਨਾਲ ਸਾਡਾ ਸੈਣੀ ਫਿਰੋਜ਼ ਸਾਹਿਬ, ਸੈਣੀ ਸਾਹਿਬ ਜੀ ਸਾਡੇ
ਨਾਲ ਸਾਡੇ ਕੀਪਾ ਬਾਈ ਜੀ, ਸੰਭੋ ਸਰਪੰਚ ਜੀ ਤੇ ਨਾਲ ਸ਼ਹਿਰੀ ਫਿਰੋਜ਼ ਸਾਹਿਬ ਦਾ ਵੰਡੀਆ ਮਹਿਤਵਾਰ ਗੌਰਵ ਪ੍ਰਕਾਰ ਦਾ ਸਮਾਨ ਜਿਹੜਾ 2100 ਦੀ ਨਰਦਾਸੀ ਦੇ ਨਾਲ ਹੋਣਾ। ਲਓ ਸਾਹਮਣੇ ਕਹਿੰਦੇ ਕੱਟਿਆਲਾ ਕੱਟਿਆਲੀ ਦਾ ਖੁਸ਼ਦੀਪ ਗਲਤੀ ਕਰ ਗਏ ਹੈ, ਬੜੇ ਸੋਹਣੇ ਮੁਕਾਬਲੇ ਖੇਡੇ ਜਾ ਰਹੇ ਹੈ, ਇੱਕ ਇੱਕ ਨੰਬਰ ਬੜਾ ਕੀਮਤੀ ਹੈ। ਇੱਧਰ ਕਹਿੰਦੇ ਬਾਜੇ ਕੇ ਪਿੰਡ ਹੈ ਗੁਰੂ ਹਰ ਸਹਾਇ ਇਲਾਕੇ ਦਾ ਸਖਸਮ ਕਹਿੰਦੀ ਹੈ ਦੁਨੀਆ ਬਾਜੇ ਕੇ ਬੜਾ ਸੋਹਣਾ ਖੇਡ ਰਿਹਾ ਮੁੰਡਾ, ਅੱਜ ਜੁਗਿਆਂ ਦੀ ਟੀਮ ਦਾ ਕਹਿੰਦੇ ਵੱਡਾ ਹਿੱਸਾ ਬਣਿਆ ਹੋਇਆ ਹੈ, ਬੜਾ ਵਧੀਆ ਮੈਚ ਦੋਨੋਂ ਟੀਮਾਂ ਦੇ ਦਰਮਿਆਨ। ਇੱਕ ਪਾਸੇ ਕਹਿੰਦੇ ਕੋਟ ਗੁਰੂ ਵਾਲਾ ਹੈ, ਵਾਹ ਮੁੰਡਿਆ ਹੈ, ਆਹ ਪਿੰਡ ਹੈ ਜੁਗਿਆਂ ਦੀ ਧਰਤੀ ਦਾ ਸੇਮਾ ਹੈ, ਜਿਸ ਮੁੰਡੇ ਨੇ ਹੁਣ ਨੰਬਰ ਦਾ ਵਾਧਾ ਕਰ ਦਿੱਤਾ। ਸੇਮੇ ਨੇ ਕਹਿੰਦੇ ਇੱਕ ਨੰਬਰ ਦਾ ਵਾਧਾ ਕਰ ਦਿੱਤਾ। ਕਹਿੰਦੇ ਗੰਗਾ ਨਗਰੀ ਤਰਸੇਮ ਦੀ ਚਰਚਾ ਹੋਈ ਹੈ, ਇਹ ਕਹਿੰਦੇ ਚੁੱਗਿਆਂ ਵਾਲਾ ਤਰਸੇਮ ਸਿੰਘ ਲਵ ਗਿੱਲਾਂ ਵਾਲਾ ਹੈ, ਵਾਹ ਸੁਣਿਆ ਹੈ। ਗਿੱਲ ਪਿੰਡ ਕਹਿੰਦੇ ਮਿੱਠੂ ਦਾ ਹੈ, ਗਿੱਲ ਪਿੰਡ ਕੋਰੀਅਰ ਦਾ ਹੈ, ਗਿੱਲ ਪਿੰਡ ਕਹਿੰਦੇ ਰਾਮ ਦਾ ਹੈ, ਗਿੱਲ ਪਿੰਡ ਬਲਰਾਜ ਸਿੰਘ ਸੋਨੂ ਦਾ ਪਿੰਡ ਹੈ, ਮੋਲੂ ਦਾ ਪਿੰਡ ਹੈ, ਉਹਦੇ ਪਿੰਡ ਦਾ ਖਿਡਾਰੀ ਅੱਜ ਮੱਲਵਾਲ ਦੀ ਟੀਮ ਦੇ ਲਈ ਖੇਡ ਰਿਹਾ ਹੈ। ਬਹੁਤ ਸੋਹਣਾ ਮੁਕਾਬਲਾ ਖੇਡਿਆ ਜਾ ਰਿਹਾ ਹੈ, ਘੋਗਾ ਖੰਜਰ ਵਾਲੀ ਆ, ਬੜੀ ਸੋਹਣੀ ਖੇਡ ਹੈ ਮੁੰਡੇ ਦੀ। ਇਹ ਕਹਿੰਦੇ ਐਤਕੀ ਨੇ ਸਾਲ ਚੱਕਰ ਦੇ ਵੱਡੇ ਕੱਪ ਦਾ ਬੇਸਟ ਰਿਹਾ ਹੈ, ਤੇ ਚੱਕਰ ਪਿੰਡ ਕਹਿੰਦੇ ਪੰਜਾਬ ਦਾ ਸੋਹਣੇ ਪਿੰਡ ਦਾ ਦਰਜਾ, ਪੰਜਾਬ ਦਾ ਸੋਹਣਾ ਪਿੰਡ ਹੋਣ ਦਾ ਮਾਣ ਮਿਲਿਆ ਹੈ ਚੱਕਰ ਨੂੰ। ਲੋਕ ਭੈਣੀ ਬਾਈਏ ਵਾਲਾ ਗੱਲਾਂ ਕਰਦਾ ਹੈ ਵੱਡੀਆਂ, ਕਦੇ ਦੇਵੀ ਕੋਟ ਤੇ ਕਦੇ ਦਿੰਦਾ ਗੱਡੀਆਂ। ਕਰਿਓ ਕਰਿਓ ਜੇ ਤਕੜਾ ਮੈਚ ਆ ਬਈ, ਕੈਮਰੇ ਸਾਹਮਣੇ ਟੀਮ ਕੱਟਿਆਲੀ ਆ ਰਿੰਕੂ ਦਾ ਜਾਲਾ, ਸੋਨੀ ਭੈਣੀ ਬਾਈ ਵਾਲਾ ਨੈਟ ਤੇ ਖੁਸ਼ੀ, ਤਕੜਾ ਮੈਚ ਆ ਬਈ। ਉਧਰ ਖੰਜਰ ਵਾਲੀ ਟੀਮ ਵਾਹ ਬਈ ਵਾਹ, ਲੈ ਵੀ ਚਾਰ ਤੇ ਇੱਕ ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ, ਚਾਰ ਨੰਬਰ ਆ ਜਿਹੜੇ ਕੱਟਿਆਲੀ ਟੀਮ ਦੇ ਔਰ ਇੱਕ ਨੰਬਰ ਬਾਈ ਦੀ ਖੰਜਰ ਵਾਲੀ ਟੀਮ ਦਾ, ਚਾਰ ਤੇ ਇੱਕ ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ। ਖੁਸ਼ਦੀਪ ਗਲਤੀ ਕਰ ਗਿਆ ਖੇਡ ਦੇ ਮੈਦਾਨ ਦੇ ਵਿੱਚ, ਧੀਆਂ ਤਾਂ ਉਹਦੀਆਂ ਨੇ ਮੇਰਾ ਸਰਮਾਇਆ, ਤੇ ਸ਼ੱਕ ਵੱਡ ਵੱਡ ਖਾਂਦੀਆਂ, ਤੇ ਬੰਦਾ ਜਿੰਨੀਆਂ ਵੀ ਚੀਜ਼ਾਂ ਚਾਹੁੰਦਾ ਜ਼ਿੰਦਗੀ 'ਚ ਸਾਰੀਆਂ ਨਹੀਂ ਮਿਲ ਜਾਂਦੀਆਂ, ਉਹ ਬੰਦਾ ਜਿੰਨੀਆਂ ਵੀ ਚੀਜ਼ਾਂ ਚਾਹੁੰਦਾ ਜ਼ਿੰਦਗੀ 'ਚ ਸਾਰੀਆਂ ਨਹੀਂ ਮਿਲ ਜਾਂਦੀਆਂ। ਲਓ ਗਲਤੀ ਕਰ ਗਿਆ ਖਿਡਾਰੀ, ਔਰ ਮੇਰੇ ਮਿੱਤਰੋ ਫਿਰ ਇੱਕ ਵਾਰ ਸਰਬ ਜਿਹੜੀ ਚੀਜ਼ ਹੋ ਗਈ ਹੈ, ਆਹ ਮੁੰਡੇ ਦਾ ਕਹਿੰਦੇ ਵਧਾਈਆਂ ਪਿੰਡਾਂ ਰੇਕੂ ਨਾਮ ਹੈ, ਤੇ ਨੇੜੇ ਰਹਿਣ ਵਾਲੇ ਨੂੰ ਭਾਊ ਭਾਊ ਕਹਿ ਕੇ ਆਵਾਜ਼ ਮਾਰਦੇ, ਜਿਹੜਾ ਹੋਰ ਸਰਵਿਸ ਕਰਨ ਲਈ ਗੱਭਰੂ ਕਹਿੰਦੇ ਪਿਆਰ ਵਰ ਪਿਆਰ ਹੈ। ਨਾਲ ਖੱਬੇ ਪਾਸੇ ਭੈਣੀ ਬਾਈ ਆ ਪਿੰਡ ਕਹਿੰਦੇ ਸੋਨੀ ਦਾ, ਜਿਹੜੇ ਪਿੰਡ ਦੇ ਕਹਿੰਦੇ ਕਦੋਂ ਨੂੰ ਦੁਨੀਆਂ ਦੇ ਵਾਲੀਬਾਲ ਦਾ ਸ਼ਹਿਨਸ਼ਾਹ ਕਹਿ ਕੇ ਨਵਾਜਿਆ, ਔਰ ਨਾਲ ਰਾਜਦੀਪ ਆ ਕਹਿੰਦੇ ਕੱਟਿਆਲੀ ਪਿੰਡ ਦਾ, ਬੱਬੂ ਹੈ ਤਰਖਾਣ ਵਾਲੇ ਪਿੰਡ ਦਾ ਕਹਿੰਦੇ ਬੁੱਢਾ ਮੇਰੇ ਮਿੱਤਰੋ, ਤੇ ਆਹ ਸੀਜ਼ਨ ਕਹਿੰਦੇ ਸਭ ਤੋਂ ਵੱਧ ਬੈਸਟ ਪਲੇਅਰ ਦਾ ਮਾਣ ਹਾਸਲ ਕਰੀ ਬੈਠਾ ਚੋਬਰ ਜਿਹੜਾ ਨੈਟ ਤੇ ਖੇਡਦਾ। ਖੁਸ਼ਦੀਪ ਦੇ ਕਹਿੰਦੇ ਵੱਡੇ ਚਰਚੇ ਆ। ਇਧਰਲੇ ਪਾਸੇ ਖੰਜਰ ਵਾਲੀ ਟੀਮ ਦੇ ਲਈ ਵਾਸੀਆਂ ਨੇੜ ਪਿੰਡ ਦਾ ਬਣੀ ਖੇਡਦਾ, ਤੇ ਨਾਲ ਖੰਜਰ ਵਾਲੀਆਂ ਕਾਲਾ ਘੋਗੇ ਵਰਗੇ ਆਹ ਕਹਿੰਦੇ ਕੀਰਤ ਵਰਗੇ ਮੁੰਡੇ ਖੇਡਦੇ, ਨਾਲ ਬੁੱਗੀ ਹੈ ਤੇ ਜਿੱਤ ਤੇ ਡੰਬਰ ਵਾਲੀ ਮਸ਼ੀਨ ਕਹਿੰਦੀ ਦੁਨੀਆ ਬੜਾ ਕਹਿੰਦੇ ਖੌਫ ਆ ਮੁੰਡੇ ਦਾ, ਤਿਆਰ ਕਰਦੀ ਪਈ ਹੈ ਵੀ ਯਾਰੀ ਵਿੱਚ ਨਫੇ ਨੁਕਸਾਨ ਨਹੀਂ ਉਹ ਦੇਖੀਦੇ, ਤੇ ਮੰਜਰਾਂ ਦੇ ਸਾਹਮਣੇ ਤੂਫਾਨ ਨਹੀਂ ਉਹ ਦੇਖੀਦੇ, ਯਾਰਾਂ ਦੇ ਗੁਨਾਹਾਂ ਦਾ ਹਿਸਾਬ ਨਹੀਂ ਉਹ ਜੋੜੀਦਾ, ਆਪਣੇ ਪਿਆਰਿਆਂ ਦਾ ਦਿਲ ਨਹੀਂ ਉਹ ਤੋੜੀਦਾ, ਆਪਣੇ ਪਿਆਰਿਆਂ ਦਾ ਦਿਲ ਨਹੀਂ ਉਹ ਤੋੜੀਦਾ, ਜੇ ਪਾਰ ਕਰਦੇ ਤੇ ਪਾਰ ਹੁਣ ਰੱਖਣਾ ਪੈਣਾ, ਨਾ ਵੀ ਭੈਣੀ ਬਾਈ ਵਾਲਿਆ ਕੋਈ ਲਾਵੇ ਬਲ ਟਿਕਾਣੇ ਤੇ, ਉਹ ਲੋਕਾਂ
ਸਾਰਿਆਂ ਨੂੰ ਦੱਸਣਾ ਪੈਣਾ ਵੀ ਭੈਣੀ ਪਾਈਏ ਵਾਲਾ ਕਿਹੜੀ ਸ਼ਹਿਰ ਦਾ ਨਾਮ ਹੈ। ਉਹ ਕਹਿੰਦੇ ਭਿੱਤੇ ਦਾ ਰੀਰ ਖੇਡਦਾ। ਉਹ ਕਹਿੰਦੇ ਮੇਰੇ ਮਿੱਤਰੋ ਅੱਜ ਕੱਲ੍ਹ ਚਰਚੇ ਮੁੰਡੇ ਦੇ ਡੀਪੀਡੀ ਟੈਲੀਵਿਜ਼ਨ ਤੇ ਹੁੰਦੇ ਆ। ਕੱਲ੍ਹ ਕਹਿੰਦੇ ਬੱਦੀ ਆ ਚੋਟੀ ਦਾ ਮੈਚ ਖੇਡਿਆ ਜਾ ਰਿਹਾ। ਨੰਬਰ ਇੱਕ ਹੋਰ ਵੱਧ ਗਿਆ ਪੰਜ। ਵਾਹ ਬਈ ਵਾਹ ਲੈ ਵੀ ਮੈਚ ਉਧਰਲੇ ਪਾਸੇ ਵੀ ਬਹੁਤ ਸੋਹਣਾ ਖੇਡਿਆ ਜਾ ਰਿਹਾ ਗਰਾਊਂਡ ਨੰਬਰ ਇੱਕ ਤੇ। ਸਰਪੰਚ ਟੋਡੇ ਕਿੰਨੇ ਕਿੰਨੇ ਫੈਨ ਹੋ ਗਏ ਬਈ ਸਰਪੰਚ ਟੋਡੇ। ਉਧਰ ਸਾਡੇ ਸੰਭੂ ਸਰਪੰਚ ਜੀ ਨਾਲ ਸੈਰੀ ਹੈ ਫਰੂਸ ਵਾਲਾ ਨਾਲ ਦੀਪਾ ਸੈਣੀ ਸਾਡੇ ਉਹ ਭਰਾ ਕਹਿੰਦੇ ਹੈ ਕੀਪਾ ਸੈਣੀ ਜੀ ਉਹਨਾਂ ਵੱਡੇ ਗੁਰੂ ਪ੍ਰਕਾਰ ਦਾ ਸਨਮਾਨ ਜਿਹੜਾ ਮੈਂ ਤੋਂ ਬਾਅਦ 2100 ਦੀ ਨਗਦ ਰਾਸ਼ੀ ਦੇ ਨਾਲ ਕੀਤਾ ਜਾਣਾ ਹੈ। ਉਹ 2100 ਰੁਪਇਆ ਸਾਡੇ ਬੱਬੂ ਜੀ ਕੋਲ ਪਹੁੰਚਦਾ ਹੋ ਗਿਆ ਹੈ ਤੇ 2100 ਦੇ ਨਾਲ ਵੱਡੇ ਜਿਹੜੇ ਮਾਣ ਹੋਣਗੇ। ਲੈ ਵੀ 1000 ਨੰਬਰ ਸਰਪੰਚ ਟੂੜੇ ਵਾਲਿਆ ਕਿੰਨੇ ਕਿੰਨੇ ਹੈ? ਦੋ ਤੇ ਪੰਜ ਦੀ ਟੱਕਰ ਹੈ। ਹੁੰਨੀਆਂ ਤੇ ਕਹਿੰਦੇ ਕੱਲ ਮੁਕਤ ਜਾਣੀਆਂ ਹੈ। ਇੱਧਰ ਮਾਤਾ ਬਲਜੀਤ ਕੌਰ ਦੀਆਂ ਅੱਖੀਆਂ ਦਾ ਤਾਰਾ ਹੈ ਔਰ ਇਹ ਹੈ ਪਿੰਦਰ ਖੰਜਰ ਵਾਲੀਆ ਡਾਢਾ ਦੁੱਖ ਮਣਾ ਬੈਠੀ ਪੱਖੀ ਵਿੱਚ ਵੱਜੇ ਹੂਰੇ ਦਾ ਆ ਬੰਦ ਪਿਆ ਦਰਵਾਜ਼ਾ ਜੋ ਫਾਟ ਕੋਟ ਕਪੂਰੇ ਦਾ ਆ ਬੰਦ ਪਿਆ ਦਰਵਾਜ਼ਾ। ਮੁੰਡੇ ਨੇ ਕਹਿੰਦੇ ਕੋਟ ਕਪੂਰੇ ਵਾਲਾ ਫਾਟਕ ਬੰਦ ਕਰ ਦਿੱਤਾ ਹੈ। ਬੜਾ ਸੋਹਣਾ ਮੁਕਾਬਲਾ ਖੇਡਿਆ ਜਾ ਰਿਹਾ ਹੈ। ਟੱਕਰ ਕਹਿੰਦੇ ਬੜੀ ਜਾਨਦਾਰ ਹੈ। ਟੀਮਾਂ ਬੜੀਆਂ ਮੰਡੀਆਂ ਪ੍ਰਵੰਡੀਆਂ ਹੈ। ਗੱਭਰੂ ਦੇਸ਼ ਮੇਰੇ ਦੇ ਸੋਹਣੇ ਚੌੜੀਆਂ ਹੇਕਾਂ ਤੇ ਮਨਮੋਹਣੇ ਆ ਕੇ ਵਿੱਚ ਮੈਦਾਨਾਂ ਦੇ ਆ ਵੇਖਣ ਵਾਲੇ ਹੁੰਦੇ ਦੋਸਤੋ ਜੌਹਰ ਜਵਾਨਾਂ ਦੇ ਕਹਿੰਦੇ ਜੌਹਰ ਹੈ। ਲੋਕ ਵੱਡਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ। ਮੈਚ ਇੱਧਰ ਵੀ ਤਕੜਾ ਹੈ। ਲੈ ਵੀ ਡੀਸੀ ਨੰਬਰ ਕਿੰਨੇ ਹੋ ਗਏ ਸੁਣਿਆ ਦੱਸੀ ਇੱਕ ਮੇਰੀ ਪੰਜ ਕਿੱਧਰ ਹੈ? ਚੁੱਕਿਆਂ ਦੀ ਟੀਮ ਦੇ ਪੰਜ ਨੰਬਰ ਹੈ ਤੇ ਇੱਕ ਨੰਬਰ ਮੈਂ ਦੇਖਦਾ ਵੀ ਮੱਲਵਾਲ ਦੀ ਟੀਮ ਦਾ ਸੋਭਾ ਕਲੱਬ ਮੱਲਵਾਲ ਇੱਕ ਨੰਬਰ ਹੈ ਕਹਿੰਦੇ ਮੱਲ ਵਾਲੀਆਂ ਦਾ ਇੱਕ ਤੇ ਪੰਜ ਦੀ ਟੱਕਰ ਖੇਡ ਮਜਾਉਂਦੇ ਪਾਸੇ ਦੀ ਪੂਰਾ ਚੋਟੀ ਦਾ ਖੇਡਿਆ ਜਾ ਰਿਹਾ ਹੈ। ਰਾਜੇ ਢਿੱਲੋਂ ਭਾਈ ਨੋਟ ਕਰ ਲਿਓ ਮੇਰਾ ਵੀਰ ਬਣ ਕੇ ਜਾਂ ਜਿਹੜਾ ਵੀਰ ਨੰਬਰਾਂ ਤੇ ਬੈਠਾ ਮੇਰਾ ਭਾਈ ਉਹ ਜ਼ਰੂਰ ਨੋਟ ਕਰ ਲਿਓ। ਖੰਜਰ ਵਾਲੀ ਪਿੱਤਰ ਦਾ ਹੁਣ ਤੋਂ ਇੱਕ ਟੱਪਾ ਖੰਜਰ ਵਾਲੀ ਪਿੱਤਰ ਦਾ ਹਰ ਇੱਕ ਟੱਪਾ ਜਿਹੜਾ ਭਾਈ ਚੰਨੀ ਖੇੜਾ ਯੂਐਸਏ ਉਹਨਾਂ ਦੇ ਵੱਲੋਂ ਇੱਕ 1000 ਦਾ ਹੋਊਗਾ ਜੀ। ਇਹ ਨੋਟ ਕਰ ਲੈਣਗੇ ਮੇਰੇ ਵੀਰ, ਮੈਂ ਬੇਨਤੀ ਕਰਦਾ ਚਾਚਾ ਜੀ ਕਰ ਲਿਓ ਨੋਟ ਖੰਜਰ ਵਾਲੀ ਪਿੱਤਰ ਦਾ ਹਰ ਇੱਕ ਟੱਪਾ ਹੁਣ ਤੋਂ ਜਿਹੜਾ 1000 ਦਾ ਹੋਊਗਾ। ਉਹ ਕਹਿੰਦੇ ਗੱਲਬਾਤ ਜਿਹੜੀ ਸਿਰੇ ਲੱਗ ਗਈ ਹੈ। ਇੱਧਰ ਕਹਿੰਦੇ ਪਿੱਤਰ ਨੇ ਕਨਾਲ ਦਾ ਪੁਆਇੰਟ ਇੱਕ ਹੋਰ ਜੋੜ ਦਿੱਤਾ ਵੀ ਆਪਣੇ ਦੰਦ ਕੀਮਤੀ ਕੰਧ ਜਿਹੀ ਮਜ਼ਬੂਤੀ ਨਾ ਤੇ ਜਦ ਕੋਈ ਸਿੰਗਲ ਹੈਂਡ ਦੀ ਲੱਗਦੇ ਹੈ ਇੱਥੋਂ ਕੋਈ ਗੱਲ ਕਸੂਤੀ ਨਾ। ਇੱਕ ਹੋਰ ਪੁਆਇੰਟ ਜਿਹੜਾ ਖੰਜਰ ਵਾਲੀ ਟੀਮ ਦੇ ਖਾਤੇ ਵਿੱਚ ਆ ਜੁੜ ਗਿਆ ਜ਼ਿਲ੍ਹੇ ਲੁਧਿਆਣਾ ਨੇ। ਉਹ ਕਹਿੰਦੇ ਜ਼ਿਲ੍ਹੇ ਫਾਜ਼ਿਲਕਾ ਦੀਆਂ ਟੀਮਾਂ ਦੀ ਵੱਡੀ ਟੱਕਰ ਹੈ। ਇੱਕ ਮੁੰਡਾ ਕਹਿੰਦੇ ਜ਼ਿਲ੍ਹੇ ਮੁਕਤਸਰ ਦੇ ਵਧਾਈਆਂ ਪਿੰਡ ਦੇ ਵਿੱਚੋਂ ਆਇਆ ਤੇ ਭੈਣੀ ਬਾਈ ਆ ਪਿੰਡ ਕਹਿੰਦੇ ਜ਼ਿਲ੍ਹੇ ਬਠਿੰਡੇ ਚ ਪੈਂਦਾ ਮੇਰੇ ਮਿੱਤਰੋ। ਉਹ ਗੱਲਬਾਤ ਲੱਗੀ ਕੋਈ ਟਿਕਾਣੇ ਔਰ ਨਾਲ ਮੈਂ ਤੱਕਰਾਂ ਦੀ ਤਰਖਾਣ ਵਾਲੇ ਪਿੰਡ ਦਾ ਮੁੰਡਾ ਖੇਡਦਾ ਉਧਰਲੇ ਪਾਸੇ ਜ਼ਿਲ੍ਹੇ ਲੁਧਿਆਣੇ ਦੇ ਕਹਿੰਦੇ ਛੋਟੇ ਛੋਟੇ ਪਿੰਡਾਂ ਦੇ ਖਿਡਾਰੀ ਬੰਦੇ ਬਣ ਗਏ ਆ ਪਾਸੀਆਂ ਪੇੜ ਪਿੰਡ ਦਾ ਪਣੀ। ਉਹ ਕਹਿੰਦੇ ਬਲਰਾਜ ਪੱਲੀ ਪੌੜੀਆਂ ਵਾਲੇ ਦਾ ਚਹੇਤਾ ਕਰਦਾ ਟਰਾਈ ਖੇਡਦੇ ਮੈਦਾਨ ਦੇ ਵਿੱਚ
ਪਰ ਨੰਬਰ ਜੁੜਦਾ ਕਿਸੇ ਗੱਲ ਨਾਲ ਹੀ ਹੈ, ਨੰਬਰ ਜੁੜਦਾ ਤੇ ਜੁੜਦਾ ਕਿਸੇ ਗੱਲ ਦੇ ਨਾਲ ਹੀ ਹੈ। ਸੈਮੀ ਮੈਚ ਬੜੇ ਤਗੜੇ ਖੇਡੇ ਜਾ ਰਹੇ ਹੈ ਵੀ ਮੈਚ ਸੈਮੀ ਦੇਖ ਲਓ ਸ਼ੁਰੂ ਹੋਣ ਲੱਗਿਆ ਤੇ ਲੱਗਿਆ ਕੱਪ ਦਾ ਫੈਸਲਾ, ਹੋਰ ਦੇਖੋ ਮਾਰੀ ਹੋਈ ਹੈ ਫੈਸਲ ਦੇਖੋ ਰੈਫਰੀ ਨੇ ਤੇ ਦਰਸ਼ਕ ਲੱਗੇ ਨੇ ਤਾੜੀਆਂ ਲਾਉਣ, ਦੇਖੋ ਉਹ ਦੋਵੇਂ ਟੀਮਾਂ ਹੀ ਲਾਉਣਗੀਆਂ ਜੋਰ ਪੂਰਾ, ਬਾਹਰ ਲੈਂਦਾ ਹੈ ਬਾਜ਼ੀ ਹੁਣ ਕੌਣ, ਦੇਖੋ ਕੌਣ ਬਾਜ਼ੀ ਮਾਰਦਾ ਕੌਣ ਜਿੱਤਦਾ, ਕਿਹੜੀਆਂ ਟੀਮਾਂ ਹੋਣਗੀਆਂ ਜਿੱਦਾਂ ਦੇ ਅੱਜ ਦੇ ਜੇਤੂ ਅਖਵਾਣਾ ਪਲੇਅਰ, ਕਿਹੜੇ ਭਾਗਾਂ ਵਾਲੇ ਹੋਣਗੇ ਜਿਹੜੇ ਟੈਸਟ ਬਣਨਗੇ। ਇੱਥੇ ਕਹਿੰਦੇ ਗੱਲ ਜਿਹੜੀ ਟਾਈਮ ਟਾਈਮ ਦੀ ਹੈ, ਗੱਲ ਸਮੇਂ ਸਮੇਂ ਦੀ ਹੈ, ਸਮੇਂ ਸਮੇਂ ਦੀ ਗੱਲ ਸੁਣਿਆ ਅੱਜ ਨਹੀਂ ਤੇ ਕੱਲ ਸੁਣਿਆ ਹੈ, ਸਮੇਂ ਸਮੇਂ ਦੀ ਗੱਲ ਹੈ, ਸਮੇਂ ਸਮੇਂ ਦੀ ਬਾਤ ਹੈ। ਉਹ ਸਮਾਂ ਬਲਵਾਨ, ਸਮੇਂ ਦੀ ਕਦਰ ਕਰੋ, ਇਹ ਚੱਲਦਾ ਆਪਣੀ ਚਾਲ, ਸਮੇਂ ਦੀ ਨਬਜ਼ ਫੜੋ। ਗੱਲ ਤੇ ਕਹਿੰਦੇ ਸਮੇਂ ਦੀ ਹੈ, ਵਾਸੀਆਂ ਬੀਟ ਵਾਲਾ ਇਹ ਕਹਿੰਦੇ ਬੱਲੇ ਪੂਣੀਆਂ ਦਾ ਚਹਿਤਾ ਫੜਾ ਰਹੀ ਹੈ, ਵਾਹ ਸੁਣਿਆ ਕਮਾਲ ਹੋਈ ਪਈ ਹੈ। ਘੋਗਾ ਕਹਿੰਦੇ ਖੰਜਰ ਵਾਲੀਆ ਬੜੀ ਸੋਹਣੀ ਖੇਡ ਹੈ ਮੁੰਡੇ ਦੀ, ਇਹ ਕੌਕਿਆਂ ਦੇ ਮੇਲੇ ਦਾ ਵੀ ਅੱਗੇ ਵਿਸ਼ਟ ਰਿਹਾ ਹੈ, ਆਪਦੇ ਵੱਡੇ ਵੱਡੇ ਕੱਪਾਂ ਦਾ ਕਹਿੰਦੇ ਮੁੰਡਾ ਵਿਸ਼ਟ ਰਿਹਾ ਹੈ, ਬੜਾ ਤਕੜਾ ਮੈਚ ਖੇਡਿਆ ਜਾ ਰਿਹਾ ਹੈ। ਰੌਸ ਸਿੰਘ ਕਹਿੰਦੇ ਬੜੀ ਹੈ ਮੁੰਡੇ ਦੀ, ਇੱਧਰ ਅੰਦਰ ਹੈਂਡ ਬੜੀ ਹੈ, ਉਹ ਮੁੰਡੇ ਕਹਿੰਦੇ ਬਾਲ ਹੀ ਨਹੀਂ ਖਾਂਦੇ, ਇੱਧਰ ਸੈਡਾਂ ਜਿਹੜੀਆਂ ਚੇਂਜ ਹੋ ਚੁੱਕੀਆਂ ਹੈ, ਵੱਡੀ ਲੀਡ ਮੇਰੇ ਖਿਆਲ ਦੇ ਵਿੱਚ ਚੁੱਕਿਆ ਨੇ ਬਣਾ ਲਈ ਹੈ। ਕਿੰਨੇ ਹੋ ਗਏ ਡੀਸੀ? ਨੌ ਤੇ ਇੱਕ, ਬਹੁਤ ਵੱਡਾ ਫਰਕ ਹੈ, ਨੌ ਜਿਹੜੇ ਨੰਬਰ ਖੇਡ ਮੈਦਾਨ ਦੇ ਵਿੱਚ ਮੈਂ ਦੇਖ ਰਿਹਾ ਹੈ ਉਹ ਕਹਿੰਦੇ ਚੁੱਗਿਆਂ ਦੀ ਟੀਮ ਦੇ ਹੈ ਤੇ ਇੱਕ ਨੰਬਰ ਹੈ ਮੱਲ ਵਾਲੇ ਦੀ ਟੀਮ ਦਾ। ਬਹੁਤ ਸੋਹਣਾ ਮੁਕਾਬਲਾ ਖੇਡਿਆ ਜਾ ਰਿਹਾ ਹੈ, ਚੁੱਗਿਆਂ ਦੀ ਟੀਮ ਫਾਈਨਲ ਦੇ ਨੇੜੇ ਤੇੜੇ ਪੁੱਜ ਚੁੱਕੀ ਹੈ, ਥੋੜੇ ਕਦਮ ਦੂਰ ਹੈ ਚੁੱਗਿਆਂ ਵਾਲੇ ਮੁੰਡੇ। ਪਾਣੀ ਮੰਗਾ ਦੇ, ਪਾਣੀ ਟੈਂਕੀ ਚ ਵੀ ਮੁੱਕ ਗਿਆ, ਨੱਥੂ ਵਾਲੀ ਭਰਾ ਨੇ ਸਾਰੀ ਟੈਂਕੀ ਖਾਲੀ ਕਰਤੀ, ਅਜੇ ਢੋਲੀਆਂ ਦੇ ਨਾਲ ਇਹ ਵੀ ਗੱਲ ਵੱਡੀ ਹੈ। ਲੈ ਵੀਰੋ ਮੈਚ ਲਾ, ਪਾਣੀ ਆਉਂਦਾ ਕਿਹੜਾ ਹੈਗਾ ਨੱਥੂ ਵਾਲੀ ਪਾਣੀ ਹੈਗਾ ਤੇ ਪਿਆਦੇ ਫਿਰ ਕੋਈ ਨੀ, ਜਿੰਨਾ ਹੈਗਾ ਕਿਹੜਾ ਆਪਣੇ ਪਿੰਡ ਟੂਰਨਾਮੈਂਟ ਹੈ, ਹੁਣ ਬਾਬਾ ਥੋੜਾ ਭਰ ਭਰ ਲਿਆਊ, ਜਾਂ ਤੇ ਟੈਂਕੀ ਭਰ ਕੇ ਲਿਆ ਦੇ, ਨਹੀਂ ਆਪਾਂ ਉਦੋਂ ਭਰ ਕੇ ਲਿਆ ਦੇ ਤੇ ਪੁੰਨ ਹੈ, ਨਲਕਾ ਤੇ ਸਭ ਹੁੰਦੀ ਨਾ ਪਰ ਗੱਲ ਤੇ ਭਰਦੀ ਹੈ ਪਾਣੀ। ਚਾਚਾ ਜੀ ਕਿੰਨੇ ਕਿੰਨੇ ਪੁਆਇੰਟ ਹੋ ਗਏ ਅੰਬਰ ਵਾਲੇ? ਚਾਚਾ ਜੀ ਸਰਪੰਚ ਟੁੱਟਿਆ ਕਿੰਨੇ ਕਿੰਨੇ ਪੁਆਇੰਟ? ਪੰਜ ਪੰਜ ਬਾਜੀ ਕਿਹੜਾ ਹੈ ਨਾ ਘਰ ਨਵਾਂ ਮੁੰਡਾ ਹੈ ਪਿਆਰ ਦੇ ਨਾਲ ਯੱਦਾ ਸਾਰੇ ਅੰਨ ਧੱਕਾ ਕਰਦਾ, ਸੋਹਣਾ ਮੈਚ ਹੈ ਕੋਈ ਗੱਲ ਨੀ ਜੀ, ਉਹਦੇ ਵਰਤ ਆ ਗਈ ਵੀ ਭਾਜੀ ਉਹਨੇ ਵੀ ਮੋੜ ਦੇਣੀ ਹੈ, ਉਹ ਵੀ ਸਾਪਰ ਗਏ, ਉਹ ਮੁੰਡਾ ਉੱਡਦੇ ਸਾਪਰ ਗਏ, ਸੋਹਣਾ ਮੈਚ ਸਫਲਤਾ ਫਿਰ ਜੁੜ ਗਈ ਹੈ। ਪੁੱਤਰ ਵਾਈ ਜਗਦੇਵ ਢਿੱਲੋਂ ਬਣਾ ਕਨੇਡਾ, ਉਸ ਭਰਾ ਨੇ ਪੈਸੇ ਲਾਏ ਸੀ ਅੱਜ ਕਰਨ ਕਾਲੀ ਵਾਲੇ ਤੇ ਕਮਲ ਤੇ ਭੰਡਿਆਰੀ ਵਾਲੇ ਤੇ ਕੈਨਪੁਰੀ ਢਾਬੇ ਤੇ 1100 ਰੁਪਇਆ ਲਾਇਆ ਸੀ, ਉਹ ਪੈਸੇ ਜਿਹੜੇ ਗੁਰੀ ਤੱਕ ਪਹੁੰਚਦੇ ਹੋ ਗਏ, ਬਹੁਤ ਵੱਡਾ ਧੰਨਵਾਦ ਹੈ ਜਗਦੀਪ ਢਿੱਲੋਂ ਜੀ ਪੜਾਕ ਸਾਡੇ
ਉਹ ਪੈਸੇ ਉਹਨਾਂ ਨੇ ਬਹੁਤ ਦੇ ਕਰਤੇ ਹੈ ਜੀ। ਚਲਾਓ ਜੀ ਮੈਚ, ਪਾਣੀ ਆ ਰਿਹਾ ਹਲੇ, ਸਮਾਂ ਲੱਗੂ ਕਲੇ, ਉਹਨੇ ਮੈਚ ਚਲਾਈਏ ਪਾ ਉਧਰਲੇ ਪਾਸੇ ਭਰਾ ਸਾਡਾ ਚੰਦੀ ਖੜਾ ਯੂਐਸਏ ਔਰ ਉਹ ਬਾਈ ਐਲਾਨ ਕਰਵਾਉਂਦਾ ਵੀ ਜੇਕਰ ਖੱਜਰਵਾਲ ਦੀ ਟੀਮ ਅੱਜ ਦੇ ਇਸ ਟੂਰਨਾਮੈਂਟ ਦਾ ਫਾਈਨਲ ਖੇਡਦੀ ਹੈ ਤੇ ਆਉਣ ਵਾਲੇ ਕਿਸੇ ਵੀ ਟੂਰਨਾਮੈਂਟ ਦੇ ਖੱਜਰਵਾਲ ਦੀ ਟੀਮ ਦਾ ਸਨਮਾਨ 11,000 ਦੀ ਨਗਦ ਰਾਸ਼ੀ ਨਾਲ ਕੀਤਾ ਜਾਊਗਾ, 11,000 ਦਿੱਤਾ ਜਾਵੇਗਾ ਬਾਈ ਚੰਦੀ ਖੇੜਾ ਯੂਐਸਏ ਗੋਲਡਨ ਸਪੋਂਸਰ ਸਾਡੀ ਖੇਡ ਵਾਲੀਬਾਲ ਦੇ, ਉਹਨਾਂ ਦੇ ਵੱਲੋਂ ਐਲਾਨ ਵੱਡੇ ਆ ਵੀ ਜੇ ਖੰਜਰਵਾਲ ਦੀ ਟੀਮ ਉਹ ਚੱਲਦੇ ਸਿਰ ਮੈਚ ਦੇ ਵਿੱਚੋਂ ਜਿੱਤ ਗਈ ਮੁੰਡੇ ਖੇਡਦੇ ਫਾਈਨਲ ਤੇ ਆਉਣ ਵਾਲੇ ਕਿਸੇ ਵੀ ਮੇਲੇ ਤੇ ਖੰਜਰਵਾਲ ਦੀ ਸਾਰੀ ਟੀਮ ਦਾ ਸਨਮਾਨ ਜਿਹੜਾ ਮੇਰੇ ਮਿੱਤਰੋਂ 11,000 ਦੀ ਨਗਦ ਰਾਸ਼ੀ ਨਾਲ ਕੀਤਾ ਜਾਵੇਗਾ, ਪਿੱਤਰ ਦੇ ਹਰ ਇੱਕ ਟੱਪੇ ਦਾ 1,000 ਦਿੱਤਾ ਜਾਵੇਗਾ। ਉਹ ਕਹਿੰਦੇ ਚੋਟੀ ਦਾ ਮੈਚ ਹੈ ਵੀ ਲੱਗਦੀ ਜਵਾਨੀ ਚੰਗੀ ਹੱਸਦੀ ਤੇ ਖੇਡਦੀ ਹੈ, ਚੱਜ ਦਾ ਬੁਢਾਪਾ ਜੇ ਸਿਆਣੀ ਗੱਲ ਕਰੇ ਤਾਂ ਇੱਜ਼ਤ ਕੁਵਾਰੀ ਜਿਹੜੀ ਡਰ ਰੱਖੇ ਮਾਪਿਆਂ ਦਾ ਤੇ ਸੂਰ ਮੇਰੀ ਸੋਭਾ ਦੇ ਆਹ ਪੱਲੇ ਮੱਦਾ ਤੇ ਜੰਗ ਲੜੇ ਮੈਂ ਬਾਈ ਤਾੜੀ ਦਾ ਮਾਰ ਦੋ ਕਿੱਡੀਆਂ ਚੋਟੀ ਦੀਆਂ ਬਾਲਾਂ ਮੋੜੀ ਆਉਂਦੇ ਮੁੰਡੇ। ਉਹ ਕਹਿੰਦੇ ਨਜ਼ਾਰਾ ਬੰਦ ਗਿਆ ਸੈਮੀਫਾਈਨਲ ਮੈਚ ਬੜੇ ਕਹਿੰਦੇ ਖੜਕੇ ਦੜਕੇ ਵਾਲਾ ਬਣ ਗਿਆ, ਅੱਜ ਫਰੋਸ਼ਾਂ ਦੀ ਧਰਤੀ ਤੇ ਇਤਿਹਾਸ ਕਹਿੰਦੇ ਸਿਰਜਿਆ ਜਾ ਰਿਹਾ। ਉਧਰਲੇ ਪਾਸੇ ਸੋਭਾ ਕਲੱਬ ਮਲਵਾ ਦੀ ਟੀਮ ਖੇਲੀ ਹੈ ਅੱਜ, ਕਹਿੰਦੇ ਜਿੰਨਾ ਵਾਲਾ ਲਾਭ ਖੇਡਦਾ ਤੇ ਨਾਲ ਕਹਿੰਦੇ ਜਸ਼ਨ ਆਇਆ ਹੋਇਆ। ਕੋਰੀਅਰ ਵੀ ਪੁੱਜਿਆ ਮੇਰੇ ਮਿੱਤਰੋ, ਵੱਡਾ ਧੰਨਵਾਦ ਮੈਂ ਕਰਾਂਗਾ ਜਿੰਨੇ ਵੀ ਭਰਾ ਪਹੁੰਚੇ ਆ ਅੱਜ ਦੇ ਵੱਡੇ ਕੱਪ ਦੇ, ਕੱਲੇ ਕੱਲੇ ਵੀਰ ਦਾ ਮੈਂ ਦਿਲੋਂ ਧੰਨਵਾਦ ਕਰਾਂਗਾ। ਵੱਡਾ ਧੰਨਵਾਦ ਹੈ ਉਧਰ ਜਿੰਨੇ ਵੀ ਭਰਾ ਸਾਡੇ ਲਾਈਨ ਜਿਹੜੇ ਬੈਠੇ ਆ, ਕੱਲੇ ਕੱਲੇ ਜੀ ਦਾ ਮੈਂ ਦਿਲੋਂ ਧੰਨਵਾਦ ਕਰਾਂਗਾ। ਬਾਬਾ ਜੀ ਸਾਥੀ ਸੱਤ ਹੋ ਗਏ, ਬਾਬਾ ਜੀ ਇੱਧਰ 7-5 ਜਿਹੜੀ ਪਹਿਲਾਂ ਖੁਸ਼ੀ ਦੀ ਸਿੰਗਰਾਂ ਸੁਣਿਆ ਸੀ ਉਹ ਪਹਿਲਾਂ ਬੁੱਗੀ ਨੀ ਪਾਉਣੀ ਸੀ ਬੱਲੇ ਬਾਈ ਚਾਹੀਦਾ।
ਸਨਮਾਨ ਇੱਕ ਵਧੀਆ ਵਾਲ ਪੇਪਰ ਦੇ ਨਾਲ ਔਰ ਨਾਲ 3300 ਦੀ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਜਾਊਗਾ। ਬਹੁਤ ਬਹੁਤ ਧੰਨਵਾਦ ਹੈ ਚੰਨੀ ਖੇੜਾ ਜੀ, ਉਸੇ ਸਾਡਾ ਵੱਡਾ ਭਰਾ ਵੀ ਲਾਈਨ ਤੇ ਜੁੜਿਆ ਬੈਠਾ ਹੈ ਔਰ ਧੋਕੇ ਦਾ ਮਾਣ ਸਾਡਾ ਵੱਡਾ ਭਰਾ ਕਹਿੰਦਾ ਵੀ ਆਪਾਂ 3300 ਦੀ ਨਗਦ ਰਾਸ਼ੀ ਔਰ ਇੱਕ ਵਧੀਆ ਵਾਲ ਪੇਪਰ ਨਾਲ ਕਰਨਾ ਹੈ। ਇਹ ਮੁੰਡਾ ਬਹੁਤ ਜ਼ੋਰ ਲਾਈ ਜਾਂਦਾ ਹੈ, ਇਧਰਲੇ ਪਾਸੇ ਬਣਾਈਆਂ ਵਾਲਾ ਰੀਕੂ ਹੈ ਤੇ ਦੂਜੇ ਪਾਸੇ ਕਹਿੰਦੇ ਛੱਜਣ ਵਾਲੀਆਂ ਧੋਕਾ। ਆਹ ਸੀਜ਼ਨ ਦੇ ਵਿੱਚ ਕਈ ਮੇਲਾ ਦਾ ਕਹਿੰਦੇ ਟੈਸਟ ਬਣਿਆ ਹੈ। ਮੈਚ ਉੱਧਰ ਇੱਕ ਨੰਬਰ ਗਰਾਊਂਡ ਤੇ ਵੀ ਬਹੁਤ ਵਧੀਆ ਖੇਡਿਆ ਜਾ ਰਿਹਾ, ਇੱਕ ਪਾਸੇ ਜੋਗਿਆਂ ਦੀ ਟੀਮ ਹੈ ਤੇ ਇੱਕ ਪਾਸੇ ਮੈਂ ਤੱਕੜਾਂ ਦੀ ਸੋਭਾ ਕਲੱਬ ਮਲਵਾਲ। ਉਹ ਕਹਿੰਦੇ ਗੁਆਂਢੀ ਦੇ ਪਿੰਡਾਂ ਦੀ ਵੱਡੀ ਗੱਲਬਾਤ ਹੈ, ਪਰ ਇੱਧਰ ਭੈੜੀ ਬਾਈਏ ਪਿੰਡ ਦਾ ਸੋਨੀ ਗਲਤੀ ਕਰ ਗਿਆ, ਨਾ ਚਾਹੁੰਦਿਆਂ ਵੀ ਤੇ ਸਫਲਤਾ ਖੰਜਣ ਵਾਲੀ ਟੀਮ ਦੇ ਖਾਤੇ ਵਿੱਚ ਜਾ ਚੁੜਦੀ ਹੈ। ਮੇਰੇ ਮਿੱਤਰੋ ਸਰਪੰਚ ਬੋਲੇ ਕਿੰਨੇ ਕਿੰਨੇ ਹੋ ਗਏ ਪੁਆਇੰਟ ਬਾਈ? 7-5 ਦੋ ਪੁਆਇੰਟਾਂ ਦਾ ਫਰਕ ਹੈ। ਤੁਹਾਡੀ ਹੁੰਦੀ ਗੇਮ ਹੈ 7-5 ਦਾ ਮੁਕਾਬਲਾ ਖੇਡਿਆ ਜਾ ਰਿਹਾ, ਦੋ ਪੁਆਇੰਟਾਂ ਦਾ ਫਰਕ ਹੈ ਬਾਈ 7-5। ਹਾਂਜੀ ਨਾਲ ਹੀ ਇੱਧਰ ਕੈਲ ਕੁਰੀਏ ਧਾਪੇ ਦਾ ਸਨਮਾਨ ਵੀਰੇ ਸਮੁੱਚੀ ਤਾਲੀਆਂ ਦੀ ਟੀਮ ਦੇ ਵੱਲੋਂ 11,000 ਦੀ ਨਗਦ ਰਾਸ਼ੀ ਦੇ ਨਾਲ ਕੀਤਾ ਜਾਣਾ ਹੁਣੇ। ਲਾਵੀ ਧਾਪੇ ਆ ਤੈਨੂੰ ਵੱਡੀਆਂ ਮੁਬਾਰਕਾਂ ਸੋਹਣੇ ਵੀਰ, ਕੈਲ ਪੁਰੀਏ ਧਾਪੇ ਦਾ ਵਿਸ਼ੇ ਤੌਰ ਤੇ ਮਾਨ ਸਨਮਾਨ ਕਾਲੀਆ ਦੀ ਟੀਮ ਦੇ ਵੱਲੋਂ 11,000 ਦੇ ਨਗਦ ਰਾਸ਼ੀ ਦੇ ਨਾਲ ਸਨਮਾਨ ਜਿਹੜਾ ਕੀਤਾ ਜਾਣਾ ਹੈ। ਉਧਰ ਸਾਡੇ ਕੀਤਾ ਸੈਣੀ ਜੀ ਵੱਡਾ ਧੰਨਵਾਦ ਹੈ ਤੇ ਨਾਲ ਸੈਰੀ ਹੈ ਸਾਡਾ ਸਰਪੰਚ ਸਾਹਿਬ ਸਾਡੇ ਕਹਿੰਦੇ ਵੀ ਗੌਰਵ ਕਾਲ ਦਾ ਸਨਮਾਨ ਜਿਹੜਾ ਆਪਾਂ ਆਹ ਮੈਚ ਤੋਂ ਬਾਅਦ 2100 ਦੀ ਨਗਦ ਰਾਸ਼ੀ ਦੇ ਨਾਲ ਕਰਾਂਗੇ। ਬੜੇ ਸੋਹਣੇ ਮੁਕਾਬਲੇ ਕਹਿੰਦੇ ਜਾ ਰਹੇ ਹੈ। ਸੰਭੂ ਸਰਪੰਚ ਜੀ, ਸਰਪੰਚ ਦਾ ਨਾਮ ਤੇ ਪਹਿਲਾਂ ਬੋਲਿਆ ਆਪਾਂ, ਬਹੁਤ ਸੋਹਣਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਲਓ। ਭਿੰਦਾ ਕਹਿੰਦੇ ਤਿਆਰ ਹੈ ਖੇਡ ਮੈਦਾਨ ਦੇ ਵਿੱਚ, ਪਿੰਦਰ ਖੰਜਰ ਵਾਲੀ ਆ ਲਓ ਸਾਹਮਣੇ ਘੋਗਾ ਕਹਿੰਦੀ ਦੁਨੀਆ, ਜੇ ਟੀਮ ਖੰਜਰ ਵਾਲ ਦੀ ਅੱਜ ਫਾਈਨਲ ਖੇਡਦੀ ਹੈ ਤੇ ਬਾਈ ਚੰਨੀ ਖੇੜਾ ਜੀ ਉਸੇ ਉਹਨਾਂ ਦੇ ਵੱਲੋਂ 11,000 ਰੁਪਇਆ ਜਿਹੜਾ ਆਉਣ ਵਾਲੇ ਕਿਸੇ ਵੀ ਮਿੰਟ ਤੇ ਦਿੱਤਾ ਜਾਣਾ ਹੈ। ਗੱਲ ਕਰਦੇ ਮੇਰੇ ਮਿੱਤਰ ਟਿਕਾਣੇ ਲੱਗੀ ਪਈ ਹੈ। ਸਕੋਰ 8-5 ਹੈ ਵੀਰੇ, 8 ਪੁਆਇੰਟ ਖੰਜਰ ਵਾਲ ਦੇ, 5 ਪੁਆਇੰਟ ਘੱਟਿਆ ਵਾਲੀ, 8-5 ਰਮਨਦੀਪ ਬਰਾੜ। ਨਹੀਂ ਕਈ ਧਿਆਨ ਹੁੰਦਾ ਇਹ ਚ ਕੀ ਆ। ਹਾਂਜੀ ਤੇ ਮੋਬਾਈਲ ਨੂੰ ਦੱਸੋ ਜੀ ਤੇਰੀਆਂ ਮੁੱਛਾਂ ਕਿਦਾਂ ਚੱਲਦੀਆਂ ਨੇ ਸਟੇਜ ਤੇ, ਵੱਢਣੀਆਂ ਤੇਰੀਆਂ। ਚੁੱਕੇ ਦੀ ਟੀਮ ਜਿੱਤ ਗਈ, ਜਦੋਂ ਚੁੱਕੇ ਫਾਇਲ
ਦੇ ਫਾਈਨਲ ਚ ਕਿੱਥੇ ਫਾਈਨਲ ਜਾ ਇੱਕ ਚੱਗਿਆਂ ਵਾਲੇ ਮੁੰਡੇ ਫਾਈਨਲ ਚ ਬਈ ਲਓ ਜੀ ਚੱਗਿਆਂ ਦੀ ਟੀਮ ਜਿੱਤ ਰਹੀ ਹੈ ਹਾਂਜੀ ਇਹ ਵੀ ਚੱਗਿਆਂ ਵਾਲਾ ਰੁਕ ਲਾਉਣਾ ਰਹੇ ਵੀ ਕੋਈ ਚੱਕਰ ਨਹੀਂ ਸੱਦਾ ਪਿੰਦੇ ਨੂੰ ਇਹ ਪਿੰਦੇ ਆ ਇਸ ਗੁਰਾਇ ਪਿੰਦਾ ਜੀ ਪਿੰਦਾ ਚੱਗੇ ਕਿਵੇਂ ਕਰਾ ਰਹੇ ਫਰੀ ਉਹ ਦੇਖਿਆ ਪਿਆ ਪਿਆ ਵਿਚਾਰਾ ਹਾਂ ਸਿੰਘ ਇਤਰੀ ਪੈਣੀ ਗਈ ਪ੍ਰੇਮ ਗਰੇਵਾਲ ਦੀ ਪ੍ਰੇਮ ਗਰੇਵਾਲ ਪੰਜ ਬਾਲਾਂ $50 ਦੀਆਂ ਹੋ ਗਈਆਂ ਲੈ ਵੀ ਕਾਲੇ ਤੇਰੀਆਂ ਪੰਜ ਬਾਲਾਂ ਦੇ $50 ਲੱਗ ਗਿਆ ਪ੍ਰੇਮ ਗਰੇਵਾਲ ਜੀ ਕਹਿੰਦੇ ਆ ਵੀ ਮਾਨ ਜਿਹੜੇ ਆਪਾਂ ਵੱਡੇ ਕਰਨੇ ਖੰਜਰ ਵਾਲੀਏ ਕਾਲੇ ਦੀਆਂ ਪੰਜ ਬਾਲਾਂ ਕਹਿੰਦੇ $50 ਦੀਆਂ ਹੋ ਗਈਆਂ ਕਾਲੇ ਫੜਦਾ ਪਿਆਰੀ ਹੈ $50 ਦਿੱਤੇ ਜਾਣਗੇ ਉਹ ਕਦੇ ਗੱਲ ਵੱਡੀ ਹੈ ਮੇਰੇ ਮਿੱਤਰੋ ਕੋਟੀ ਦੀਆਂ ਟੀਮਾਂ ਟੱਕਰ ਸਰੇ ਦੀ ਹੈ ਵੀ ਟੱਕਰ ਹੋ ਗਈ ਸ਼ੇਰਾਂ ਦੀ ਖੜ ਕੇ ਦੇਖੋ ਕੁੱਲ ਜਮਾਨਾ ਜਿੱਤਣਗੇ ਬਈ ਜਿੰਨਾ ਨੇ ਕੌਲਿਆਂ ਪੱਟਾਂ ਦੇ ਵਿੱਚ ਜਾਣਾ ਉਧਰ ਬਾਈ ਚੰਨੀ ਖੇੜਾ ਦੀ ਉਸੇ ਉਹ ਵੀ ਲਾਈਦੇ ਆ ਪਿੱਤਲ ਦਾ ਹਰ ਇੱਕ ਟੱਪਾ ਇੱਕ ਇੱਕ ਹਜ਼ਾਰ ਦਾ ਔਰ ਨਾਲ ਜੇ ਮੁੰਡੇ ਫਾਈਨਲ ਖੇਡਣਾ ਤੇ ਆਉਣ ਵਾਲੇ ਕਿਸੇ ਵੀ ਟੂਰਨਾਮੈਂਟ ਦੀ ਖੰਜਰ ਵਾਲੀ ਸਾਰੀ ਟੀਮ ਦਾ ਸਨਮਾਨ ਜਿਹੜਾ 11,000 ਦੀ ਨਗਦਰਾ ਸ਼ਾਨ ਕੀਤਾ ਜਾਊਗਾ ਵੱਡਾ ਧੰਨਵਾਦ ਵੱਡੀਆਂ ਮੁਬਾਰਕਾਂ ਨੇ ਉਹ ਮਾਨਕਾਂ ਦੇ ਬੰਦੇ ਆ ਜ਼ਿੰਮੇਵਾਰੀ ਬਣਦੀ ਹੈ ਤੇਰਾ ਵੀਰ ਬਣ ਕੇ ਆਓ ਜਲਦੀ ਜੁੱਗੀ ਜਾਂ ਪਿੰਦਾ ਵੀਰੇ ਆ ਜਾਓ ਜਲਦੀ ਦੇ ਨਾਲ ਕਿੰਨੇ ਕਿੰਨੇ ਪੁਆਇੰਟ ਆ ਸਰਪੰਚ ਦੇ ਬਈ ਉਧਰ ਨੌਂ ਪੰਜ ਕਿਉਂ ਬਈ ਪੰਜ ਦਾ ਮੁਕਾਬਲਾ ਖੇਡਿਆ ਜਾ ਰਿਹਾ ਨੌਂ ਨੰਬਰ ਖੰਜਰਵਾਲ ਔਰ ਪੰਜ ਨੰਬਰ ਜਿਹੜੇ ਘੱਟਿਆਂ ਵਾਲੀ ਟੀਮ ਦੇ ਆ ਫਰਕ ਪੈ ਚੁੱਕਿਆ ਟੀਮ ਜੇ ਫਾਈਨਲ ਚ ਪੁੱਜ ਗਈ ਤੇ ਮਾਨ ਵੱਡੇ ਹੋਣਗੇ ਭਰਾਸਾਂ ਦੇ ਚੰਗੀ ਛੇੜੇ ਦੇ ਬੰਦੀਆਂ ਕਦੇ ਬਾਈ ਜਗਤਾਲ ਦੀਆਂ ਗੱਲਾਂ ਔਰ ਕਦੇ ਮੇਰੇ ਮਿੱਤਰੋ ਵੱਡਿਆਂ ਪ੍ਰਮੋਟਰਾਂ ਦੇ ਵਿੱਚ ਨਾਂ ਬੋਲਦਾ ਵਾਹ ਜੀ ਵਾਹ ਗਾਂਧੀ ਆ ਗਏ ਲੈਵੇ ਸੀਮੇ ਆ ਚੁੱਕਿਆ ਵਾਲਾ ਸੀਮਾ ਸਾਡਾ ਵੀਰ ਆਇਆ ਵੀਰ ਬੰਦਾ ਰੂਬਰੂ ਦੇਵੇ ਸੁਣੀ ਆ ਕੇ ਨਾਲ ਗੁਰ ਦੇ ਪਾਸੇ ਬਾਈ ਸੰਦੀਪ ਬਾਜਵਾ ਬਾਈ ਸੰਦੀਪ ਬਾਜਰੇ ਵੱਲੋਂ ਧੋਖੇ ਦੀਆਂ ਪੰਜ ਬਾਲਾਂ $100 ਦੀਆਂ ਹੋ ਗਈਆਂ ਉਹ ਧੋਖੇ ਦੀਆਂ ਕਹਿੰਦੇ ਪੰਜ ਬਾਲਾਂ ਜਿਹੜੀਆਂ ਮੇਰੇ ਮਤਲਬ $100 ਦੀਆਂ ਹੋ ਗਈਆਂ ਨੇ ਪਰ ਇੱਧਰ 9-10 ਹੁਣ ਕਿਹੜਾ ਖਿਡਾਰੀ ਕਰੂਗਾ ਉਧਰ ਸੰਦੀਪ ਬਾਜਵਾ ਵੀ ਭਰਾਸਾਂ ਦਾ ਲਾਈਦੇ ਆ ਉਹ ਕਾਲੇ ਦੀਆਂ ਉਧਰਲੇ ਪਾਸੇ ਧੋਖੇ ਦੀਆਂ ਪੰਜਾਂ ਬਾਲਾਂ ਦੇ $100 ਆ ਤੇ ਉਧਰਲੇ ਪਾਸੇ ਪ੍ਰੇਮ ਗਰੇਵਾਲ ਸਾਡਾ ਭਰਾ ਕਹਿ ਰਿਹਾ ਵੀ ਆਪਾਂ ਕਾਲੇ ਦੀਆਂ ਪੰਜ ਬਾਲਾਂ ਦਾ $50 ਦੇ ਨਾਲ ਮਾਨ ਸਨਮਾਨ ਜਿਹੜਾ ਬੰਦਾ ਕਰਦਾ ਵੀ ਮਾਨ ਸਨਮਾਨ ਸਾਨੂੰ ਬਾਬਾ ਜੀ ਨੇ ਬਖਸ਼ੇ ਅੱਜ ਥੱਲੇ ਗੱਡੀਆਂ ਤੇ ਕਦੇ ਸੀਗੇ ਰਖਸ਼ੇ ਸਾਡੀ ਮਿਹਨਤ ਨੂੰ ਫਲ ਲੱਗਾ ਦੇਖ ਕੇ ਕਿਉਂ ਚੁਗਲਾਂ ਦੇ ਨਾਂਗ ਲੜਦੇ ਉਹ ਸਾਨੂੰ ਰੱਬ ਨੇ ਤਰੱਕੀਆਂ ਦਿੱਤੀਆਂ
ਸ਼ਰੀਕਾਂ ਦੇ ਕਿਉਂ ਦਿਲ ਸੜਦੇ ਆ ਵੀ ਸਾਨੂੰ ਰੱਬ ਨੇ ਤਰੱਕੀਆਂ ਦਿੱਤੀਆਂ, ਸ਼ਰੀਕਾਂ ਦੇ ਕਿਉਂ ਦਿਲ ਸੜਦੇ ਆ, ਸ਼ਰੀਕਾਂ ਦੇ ਕਿਉਂ ਦਿਲ ਸੜਦੇ। ਉਧਰ ਸੰਭੋ ਸਰਪੰਚ ਨਾਲ ਸੈਰੀ ਹੈ ਤੇ ਨਾਲ ਸਾਡਾ ਕੀਤਾ ਸਤਿੰਦਰ ਕਮੋਲ ਜੀ, ਸਾਡੇ ਗੌਰਵ ਕਾਰ ਦਾ ਸਨਮਾਨ ਜਿਹੜੇ ਕਿ ਸਾਡੀ ਨਵਦਾਸੀ ਦੇ ਨਾਲ ਲੈ ਸੇਵੇ ਆ ਸੁਣਿਆ ਸੇਵਾ ਚੁੱਕੀ ਲੈ ਵੀ ਆ ਮੇਰਾ ਵੀਰ ਬਣ ਕੇ ਬੇਨਤੀ ਆ ਤੇ ਜੋਗੀ ਕਰਾ ਦੋ ਮੈਂ ਜੇ ਕਿਰਣਾ ਮੇਰਾ ਵੀਰ ਬਣ ਕੇ ਰੂਪ ਨੂੰ ਕਰ ਦੋ ਵਿਹਲਾ ਕਰੋ। ਆ ਗਿਆ ਜੀ ਆ ਗਿਆ ਸਿੰਮ ਆ ਗਿਆ ਲੈ ਸਿਵੇਂ ਕਰਾ ਦੇ ਮੈਂ ਲਓ ਧੁੱਪ ਗੋਡੀ ਆ ਕਹਿੰਦੇ ਲੱਖਾਂ ਦੀ ਆਇਆ ਹੋਇਆ ਜੱਜ ਮੇਰਾ ਵੀਰ ਬਹੁਤ ਬਹੁਤ ਧੰਨਵਾਦ ਹੈ ਪਿੰਡਾਂ ਚੁੱਗੇ ਚਲਾਓ ਜੀ ਚਲਾਓ ਮੈਂ ਚੱਲੀ ਜਾਂਦਾ ਕਰੋ ਸਰਵੇ ਜੂਮ ਕਰ ਦਿੰਦਾ ਜੂਮ ਕਰ ਦਿੰਦਾ ਉਧਰ ਸਾਡੇ ਸੰਭੋ ਸਰਪੰਚ ਨਾਲ ਸੈਰੀ ਫਿਰੋਜ਼ ਸਾਹਿਬ ਭਾਈ ਲੱਤਾਂ ਬਹੁਤ ਦੁਖੀਆਂ ਨੇ ਇੱਥੇ ਹੀ ਬੋਲ ਦਿੰਦਾ ਬਾਜ ਇੱਥੇ ਵੀ ਉੱਨੀ ਆਉਣੀ ਹੈ ਉਹੀ ਨਾ ਹੈ ਇੱਥੇ ਹੀ ਬੋਲ ਦਿੰਦਾ ਵੀਰਬਾਨ ਦਾ ਕੋਈ ਗੱਲ ਨਹੀਂ ਨਹੀਂ ਬਈ ਮੈਂ ਤਾਂ ਨੀ ਲੈ ਕੇ ਜਾਣਾ ਬਈ ਐਵੇਂ ਤੁਹਾਡਾ ਭਾਈ ਲੈ ਕੇ ਜਾਈ ਇੱਕ ਮਿੰਟ ਨਾਲ ਹੀ ਵੀਰੇ ਚਾਹ ਵਾਲੇ ਭਰਾਵਾਂ ਨੂੰ ਬੇਨਤੀ ਆ ਸਾਰੇ ਰੈਫਰੀਆਂ ਦੇ ਲਈ ਔਰ ਲਾਈਵ ਵਾਲੇ ਭਰਾਵਾਂ ਦੇ ਕੋਲ ਚਾਹ ਜ਼ਰੂਰ ਭਾਜੀ ਕਰ ਦੋ ਜਿਹੜੇ ਵੀ ਮੈਚ ਕਰਾ ਰਹੇ ਹਨ ਥੱਲੋ ਫੜ ਇੱਥੋਂ ਨੀਟਾ ਕਮੋਲ ਜੀ ਸਾਡੇ ਯੱਗਾ ਕਮੋਲ ਜੀ ਅਣਮੋਲ ਜੀ ਸਾਡੇ ਸੈਣੀ ਸਾਹਿਬ ਜੀ ਸਰਪੰਚ ਸਾਹਿਬ ਬਾਕੀ ਸਾਰੇ ਮਿੱਤਰ ਮੰਡਲੀ ਗੁਰੂ ਪਕਾਰ ਦਾ ਜਿਹੜਾ 2100 ਦੇ ਨਾਲ ਸਨਮਾਨ ਕੀਤਾ ਜਾ ਰਿਹਾ ਹੈ ਵੱਡਾ ਧੰਨਵਾਦ ਆਪਾਂ ਕਰਾਂਗੇ। ਲਓ ਸੋਹਣਾ ਮੈਚ ਖੇਡ ਮੈਦਾਨ ਦੇ ਵਿੱਚ ਰੋਸਾ ਦੇ ਮੁੰਡੇ ਵੇਖ ਲਓ ਮੁੰਡੇ ਸੌਂਗ ਪਗਾਉਂਦੇ ਹੈ ਦਸਾਂ ਨੌਹਾਂ ਦੀ ਕਿਰਤ ਕਮਾਈ ਖੇਡਾਂ ਉੱਤੇ ਲਾਉਂਦੇ ਹੈ ਖਰੇ ਖੋਟੇ ਦੇ ਪਰਖ ਇਹਨਾਂ ਨੂੰ ਕਰਦੇ ਗਲਤ ਕਾ ਕੇ ਰਾਜੀ ਖੇਲੇ ਸੱਚੇ ਮਿੱਤਰ ਸੌ ਰੱਬ ਦੀ ਮਿਲਦੇ ਜਫੀਆਂ ਪਾ ਕੇ ਰਾਜੀ ਖੇਲੇ ਸੱਚੇ ਮਿੱਤਰ ਸੌ ਰੱਬ ਦੀ ਮਿਲਦੇ ਜਫੀਆਂ ਪਾ ਕੇ ਯਾਰਾਂ ਦਾ ਮੇਲਾ ਹੈ ਅੱਜ ਭਰ ਜੋ ਬੰਦੇ ਖੇਡਿਆ ਜਾ ਰਹੇ ਹੈ ਦੁਨੀਆ ਕਹਿੰਦੇ ਦੂਰ ਦੁਰਾਡੇ ਜੁੜੀ ਹੋਈ ਹੈ ਬੜਾ ਵਧੀਆ ਮੈਚ ਦੋਨੋਂ ਟੀਮਾਂ ਕਹਿੰਦੇ ਬੜੀ ਕਮਾਲ ਦੀ ਖੇਡ ਖੇਡ ਰਹੀਆਂ ਬੜਾ ਗਿਆਨਦਾਰ ਮੈਚ ਖੇਡਿਆ ਜਾ ਰਿਹਾ ਹੈ ਨਵੀਂ ਬਾਜੀ ਕਹਿਣਾ ਦੇਖ ਕੱਪ ਕਿਹੜਾ ਲੈ ਕੇ ਜਾਣਾ ਅੱਜ ਕਿਹਦੀ ਵਾਰੀ ਹੈ ਤੇ ਕਿਹਦਾ ਸੰਗਾਰ ਬਣਦਾ ਧਿਆਨ ਕਰ ਲਓ ਮੇਰਾ ਵੀਰ ਬਣ ਕੇ ਪੰਜ ਬਾਲਾਂ ਕਾਲੇ ਦੀਆਂ ਪਹਿਲਾਂ ਸਾਡਾ ਵੀਰ ਪ੍ਰੇਮ ਕਰਿਆ ਉਹਨਾਂ ਦੇ ਵੱਲੋਂ
$50 ਲੱਗੇ ਆ ਸੁੱਖਾ ਦਾਖਾ ਉਹਨਾਂ ਦੇ ਵੱਲੋਂ ਵੀ $100 ਲੱਗਾ ਆ ਔਰ ਨਾਲ ਹੀ ਜੇ ਘੋਗਾ ਪੰਜ ਵਾਲਾ ਕ੍ਰੋਸ ਕਰਦਾ ਤਾਂ ਸਾਡਾ ਵੀਰ ਸੰਦੀਪ ਔਜਲਾ ਕਹਿੰਦਾ ਵੀ ਆਪਣੇ ਵੱਲੋਂ $100 ਦਿੱਤਾ ਜਾਵੇਗਾ ਔਰ ਬਸ ਜਾਂ ਬੇੜ ਪਿੰਡ ਦਾ ਬਣੀ ਜੇ ਸੱਤ ਵਾਲਾ ਕ੍ਰੋਸ ਕਰਦਾ ਉਧਰ ਨਾਗ ਸਿੱਧੂ ਆ ਭਰਾ ਸਾਡਾ ਕੈਲਗਰੀ ਵਾਲਾ ਉਹ ਕਹਿੰਦਾ ਵੀ ਆਪਾਂ $150 ਦੇਵਾਂਗੇ $150 ਦਿੱਤਾ ਜਾਵੇਗਾ ਮੈਂ ਵੀ ਬਣੀ ਤੇਰੀਆਂ ਸੱਤ ਬਾਲਾਂ ਦੇ ਉਹ ਕਹਿੰਦੇ ਭਰਾ ਸਾਡੇ ਨੇ ਵੱਡੇ ਪਾਰ ਕਰਨੀ ਹੈ ਚੋਟੀ ਦਾ ਮੈਚ ਹੈ ਭੜਾਈਆਂ ਵਾਲਾ ਰਿੰਕੂ ਇੱਧਰਲੇ ਪਾਸੇ ਉਹ ਟੱਕਰ ਸਿਰੇ ਦੀ ਨੰਬਰ ਕਹਿੰਦੇ ਇੱਕ ਹੋਰ ਦਾ ਵਾਧਾ ਕਰਤਾ ਮੁੰਡੇ ਨੇ ਆਪਣੀ ਟੀਮ ਦੇ ਲਈ ਕੀ ਕਰਤਾ ਕਹਿਣ ਚੋਦਰਾਂ ਨੇ ਜਿਵੇਂ ਫੌਜ ਕਿਲੇ ਨੂੰ ਢਾਉਂਦੀ ਹੈ ਤੇ ਕੱਲ ਰਾਜੇ ਖੇਲੇ ਦੀ ਬਈ ਸਿੱਧੀ ਧੂਹ ਕਾਲ ਕੇ ਪਾਉਂਦੀ ਹੈ ਉਹ ਕੱਲ ਰਾਜੇ ਖੇਲੇ ਦੀ ਹੈ ਬਈ ਸਿੱਧੀ ਧੂਹ ਕਾਲ ਕੇ ਪਾਉਂਦੀ ਹੈ ਮੈਚ ਕਹਿੰਦੇ ਪੂਰਾ ਚੋਟੀ ਦਾ ਖੇਡਾ ਜਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਮੈਚ ਕਹਿੰਦੇ ਸਿਰੇ ਦਾ ਖੇਡਿਆ ਜਾ ਰਿਹਾ ਹੈ ਉਧਰ ਜਗਪਾਲ ਮੁੰਡਾ ਵੀ ਸਾਡਾ ਪੁੱਜ ਗਿਆ USA ਗੱਲਾਂ ਕਹਿੰਦੇ ਪੰਜਾਬ ਤੋਂ USA ਦੀਆਂ ਹੋਈਆਂ ਤੇ ਨਾਲ ਚੰਨੀ ਖੇੜਾ ਹੈ ਗੱਲਾਂ ਕਹਿੰਦੇ ਜਗਰਾਜ ਘੰਘੂੜੇ ਦੀਆਂ ਆਉਂਦੀਆਂ ਘੰਘੂੜਿਆਂ ਦਾ ਕਹਿੰਦੇ ਨਾਂ ਚੱਲਦਾ ਪੰਜਾਬ ਤੋਂ ਲੈ ਕੇ USA ਤੱਕ ਉਹ USA ਕਹਿੰਦੇ ਸਰਪੰਚ ਦੇਸ਼ ਹੈ ਰੱਬ ਤੋਂ ਬਾਅਦ ਜੇ ਕਿਸੇ ਦੀ ਚੱਲਦੀ ਹੈ ਉਹ ਕਹਿੰਦੇ ਅਮਰੀਕਾ ਦੀ ਚੱਲਦੀ ਹੈ ਇਕਬਾਲ ਘੰਘੂੜਾ ਵੀ ਸਾਡਾ ਲਹਿਰ ਜੁੜਿਆ ਹੋਇਆ ਹੈ ਚੰਨੀ ਖੇੜਾ ਕਹਿੰਦੇ ਮਾਸੀ ਦਾ ਮੁੰਡਾ ਹੈ ਗੱਲਾਂ ਜਗਰਾਜ ਦੀਆਂ ਆਉਂਦੀਆਂ ਉਹ ਵੀ ਭਰਾ ਜਿਹੜੇ ਲਹਿਰ ਜੁੜੇ ਹੋਏ ਹੈ ਵੱਡਾ ਧੰਨਵਾਦ ਆਪਾਂ ਸਾਰੇ ਵੀਰਾਂ ਦਾ ਕਰਾਂਗੇ ਬੜੇ ਸੋਹਣੇ ਮੈਚ ਖੇਡ ਮੈਦਾਨ ਦੇ ਵਿੱਚ ਖੇਡੇ ਜਾ ਰਹੇ ਹੈ ਨੌ ਨੰਬਰ ਹੈ ਕਹਿੰਦੇ ਖੰਜਰਾਲ ਦੀ ਟੀਮ ਦੇ 6 ਨੰਬਰ ਨੇ ਘੱਟਿਆਲੀ ਦੀ ਟੀਮ ਦੇ ਬੜਾ ਯਾਦਗਾਰ ਮੁਕਾਬਲਾ ਖੇਡਿਆ ਜਾ ਰਿਹਾ ਹੈ ਦੋਨੋਂ ਟੀਮਾਂ ਕਹਿੰਦੇ ਬੜੀਆਂ ਕਮਾਲ ਦੀਆਂ ਟੀਮਾਂ ਟਿਕਾਣੇ ਦਾ ਮੈਚ ਖੇਡਿਆ ਜਾ ਰਿਹਾ ਹੈ ਪ੍ਰਭਾਵਿਤ ਹੋ ਗਿਆ ਬੜੀ ਸੋਹਣੀ ਖੇਡ ਹੈ ਰਵਿੰਦਰ ਕਹਿੰਦੇ ਖੰਜਰਾਲੀਆ ਦੁਨੀਆਂ ਦੇ ਟੌਪ ਦੇ ਨਿਟਮੈਨਾਂ ਦੇ ਵਿੱਚ ਨਾਮ ਹੈ ਰਵਿੰਦਰ ਪੱਲੂ ਨੇ ਕਹਿੰਦੇ ਕੱਲ 52,000 ਦੇ ਨਾਲ ਮੁੰਡੇ ਦਾ ਮਾਣ ਸਨਮਾਨ ਕੀਤਾ ਹੈ ਰਵਿੰਦਰ ਪੱਲੂ ਨੇ ਕਹਿੰਦੇ ਕੱਲ 52,000 ₹250,000 ਦੇ ਸੂਹੇ ਮਗੇਰੀਆਂ ਨੇ ਦਿੱਤਾ ਹੈ ਬੜਾ ਸੋਹਣਾ ਮੈਚ ਖੇਡਿਆ ਜਾ ਰਿਹਾ ਹੈ ਇੱਕ ਇੱਕ ਨੰਬਰ ਦੀ ਖੇਡ ਖੇਡ ਮੈਦਾਨ ਦੇ ਵਿੱਚ ਖੇਡੀ ਜਾ ਰਹੀ ਹੈ ਦੁਨੀਆਂ ਦੇ ਕਹਿੰਦੇ ਵੱਡੇ ਵੱਡੇ ਮਾਹਰ ਤੇ ਖਿਡਾਰੀ ਪੁੱਜੇ ਹੋਏ ਹੈ ਬਹੁਤ ਤਕੜਾ ਮੈਚ ਖੇਡਿਆ ਜਾ ਰਿਹਾ ਹੈ ਮੈਂ ਵੀ ਚਾਹ ਰਿਹਾ ਤੇਰਾ ਵੀ ਧੰਨਵਾਦ ਹੈ ਜਿਉਂਦਾ ਵਸਦਾ ਰਹਿ ਚਾਹ ਵੀ ਕਹਿੰਦੇ ਟੌਪ ਦੀ ਹੈ ਹੈਲੋ ਹੈਲੋ ਨਾਲ ਹੀ ਜਿਹੜੇ ਵੀਰਾਂ ਦੀਆਂ ਮੋਟਰਸਾਈਕਲਾਂ ਜਾਂ ਗੱਡੀਆਂ ਤੇ ਆਏ ਆਸੇ ਪਾਸੇ ਹੈ ਤੇ ਚੋਰ ਕਹਿੰਦੇ ਮੇਲੇ 'ਚ ਬਹੁਤ ਕਰਦੇ ਆ ਵੀਰ ਕਹਿੰਦੇ ਆਪਾਂ ਆਪਣੇ ਮੋਟਰਸਾਈਕਲਾਂ ਦਾ ਜ਼ਰੂਰ ਧਿਆਨ ਰੱਖਿਓ ਜੀ ਜੇ ਕਿਸੇ ਦਾ ਮੋਟਰਸਾਈਕਲ ਚੱਕਿਆ ਗਿਆ ਤੇ ਮੋਟਰਸਾਈਕਲ ਮਹਿੰਗੇ ਬਹੁਤ ਕਰਦੇ ਆ ਕੰਪਨੀਆਂ ਨੇ ਜਿਹੜੇ ਵੀਰ ਆਪਾਂ ਆਪਣੇ ਸਾਧਨਾਂ ਤੇ ਆਏ ਹੈ ਤੇ ਜ਼ਰੂਰ ਆਪਾਂ ਆਪਣੇ ਸਾਧਨਾਂ ਦਾ ਖਿਆਲ ਰੱਖਿਓ ਜੀ ਲਓ ਵਾਸੀਆਂ ਵੇਟ ਵਾਲਾ ਵਾਹ ਉਹ ਸੁਣਿਆ ਤਕੜੀ ਖੇਡ ਹੈ ਮੁੰਡੇ ਦੀ ਭਾਉ ਮੁਕਸਰੀਆ ਇਹ ਹੈ ਵਧਾਈਆਂ ਵਾਲਾ ਸੋਹਣੇ ਵਾਲਾ ਭਾਗ ਸਰ ਉਹ ਸਾਹਮਣੇ ਕਹਿੰਦੇ ਬੜੇ ਮਸ਼ਹੂਰ ਪਿੰਡ ਹੈ ਕਹਿੰਦੇ ਖੇਡ ਮੈਦਾਨ ਦੇ ਵਿੱਚ ਪੰਮੂ ਪੰਮੂ ਦੇ ਕਹਿੰਦੇ ਪੱਟੀ ਤੋੜਦੀ ਹੈ ਨੰਬਰ ਬੰਦਾ ਜੋੜ ਗਿਆ ਆਪਣੀ ਟੀਮ ਦੇ ਲਈ ਔਰ ਇੱਥੇ ਮੇਰੇ ਖਿਆਲ ਨਾਲ ਢਿੱਲੋਂਬਾਈ ਘੋਗੇ ਦੀਆਂ ਪੰਜ ਬਾਲਾਂ ਪਹਿਲਾਂ ਕ੍ਰਾਸ ਹੋ ਗਈਆਂ ਜੀ ਔਰ ਵੱਡੇ ਮਾਨ ਸਨਮਾਨ ਜਿਹੜੇ ਕੀਤੇ ਜਾਣਗੇ ਸੰਦੀਪ ਔਜਲਾ ਦੀ ਉਹਨਾਂ ਵੱਲੋਂ $100 ਦਿੱਤਾ ਜਾਣਾ ਹੈ ਕਾਲੇ ਦੀਆਂ ਤੇ ਵੀ ਲੱਗਿਆ ਹੋਇਆ ਕਾਲੀਆਂ ਤੇ ਡੇਢ ਸੌ ਡਾਲਰ ਲੱਗਿਆ ਕਾਲੀਆਂ ਵੀ ਹੋ ਗਈਆਂ
ਠੀਕ ਹੈ ਜੀ। ਲੈ ਜੀ ਕਾਲੇ ਦੀਆਂ ਵੀ ਬਾਲਾਂ ਕਿਤੇ ਹੋ ਗਈਆਂ ਜੀ ਕਰਾਸ। ਲੈ ਵੀ ਸਰਪੰਚ ਰੁੱਡੇ ਸੱਤ ਹੋ ਗਏ ਪੁਆਇੰਟ ਛੇ ਨੋਈ ਬਹੁਤ ਸੋਹਣਾ ਮੈਚ। ਅੱਜ ਇੱਕ ਖਿਡਾਰੀ ਕਹਿੰਦੇ ਬਾਹਰ ਦਾ ਖੇਡ ਰਹੇ ਖੰਜਰਾਂ ਦੀ ਟੀਮ ਲਈ ਵੀ ਵੱਡੇ ਮਾਣ ਵਾਲੀ ਗੱਲ ਹੈ। ਬਹੁਤ ਵਧੀਆ ਮੁਕਾਬਲਾ ਆਪਾਂ ਦੇਖ ਰਹੇ, ਟੂਰਨਾਮੈਂਟ ਨਾਲ ਹੁੰਦਾ ਹੈ, ਪਰ ਖਿਡਾਰੀ ਕਹਿੰਦੇ ਇੱਕ ਬਾਹਰ ਦਾ ਖੇਡ ਰਹੇ ਹੈ। ਬੜੀ ਵਧੀਆ ਟੀਮ ਹੈ ਉੱਧਰ ਸਾਡੇ ਲੋ। ਬੜਾ ਵਧੀਆ ਮੈਚ ਉਧਰ ਸਾਡੇ ਬੀਡ ਰਾਊਕੇ ਵਾਲੇ ਗੋਰਾ ਮਾਸਟਰ ਜੀ ਬਹੁਤ ਤਕੜਾ ਖੇਡੇ ਪੰਜਾਬ ਦੇ ਮੈਦਾਨਾਂ ਦੇ ਵਿੱਚ। ਉਹਤੋਂ ਬਾਅਦ ਗੱਲਾਂ ਕਹਿੰਦੇ ਕੈਨੇਡਾ ਦੀਆਂ ਹੋਈਆਂ, ਗੋਰਾ ਮਾਸਟਰ ਜੀ ਸਾਡੇ ਬੀਡ ਰਾਊਕੇ ਵਾਲੇ ਉਹ ਵੀ ਜੁੜੇ ਹੋਏ ਹੈ। ਇਹਨਾਂ ਬੋਲਾਂ ਦੇ ਵੀ ਕਹਿੰਦੇ ਵੱਡੇ ਮਾਣ ਕਰਨੇ ਹੈ, ਤੇ ਬੋਡੇ ਵਾਲੇ ਜੱਸੀ ਦੇ ਵੀ ਵੱਡੇ ਮਾਣ। ਗੋਰਾ ਮਾਸਟਰ ਕਹਿੰਦਾ ਵੀ ਆਪਾਂ ਆਈਫੋਨ ਦੇ ਨਾਲ ਕਰਨੇ ਹੈ, ਉਹ ਵੀ ਭਰਾ ਲੈਬ ਜਿਹੜਾ ਹੋਇਆ ਹੈ ਅੱਜ ਦੇ ਮੇਲੇ ਦੀ ਮੁਬਾਰਕਬਾਦ ਦੇ ਰਹੇ ਹੈ। ਗੋਰਾ ਮਾਸਟਰ ਬੀਡ ਰਾਊਕੇ ਵਾਲਾ ਯਾਰਾਂ ਦਾ ਯਾਰ ਹੈ, ਬਹੁਤ ਸੋਹਣਾ ਮੁਕਾਬਲਾ। ਲੋਕ ਕਾਲਾ ਕਾਲੇ ਕਹਿੰਦੇ ਦਿਲਾਂ ਦੇ ਸਾਫ਼ ਹੁੰਦੇ ਹੈ, ਰੋਟੀ ਤਾਂ ਖਾਵਾਂਗੇ ਕਾਲਾ ਖਾਵੇ ਨਾਲ, ਗੋਰਿਆਂ ਨੂੰ ਦਫ਼ਾ ਕਰੋ ਮੇਰਾ ਕਾਲਾ ਹੀ ਯਾਰ, ਗੋਰਿਆਂ ਨੂੰ ਦਫ਼ਾ ਕਰੋ, ਰੋਟੀ ਤਾਂ ਖਾਵਾਂਗੇ ਕਾਲਾ ਖਾਵੇ ਨਾਲ, ਗੋਰਿਆਂ ਨੂੰ ਦਫ਼ਾ ਕਰੋ ਮੇਰਾ ਕਾਲਾ ਹੀ ਯਾਰ। ਇਹ ਕਹਿੰਦੇ ਕਾਲਾ ਹੈ, ਕਾਲੇ ਦੇ ਕਰਮ ਵਾਲੇ ਹੁੰਦੇ ਹੈ, ਖੰਜਰ ਵਾਲੀ ਕਾਲੇ ਦੀਆਂ ਗੱਲਾਂ, ਇਹ ਗੁੜਿਆਂ ਦੇ ਵੇਰ ਵਾਲੇ ਪਸੰਦ ਕਰਦਾ ਹੈ। ਉਹ ਕਹਿੰਦੇ ਗੱਲਾਂ ਜਗਰਾਉਣ ਦੇ ਇਲਾਕੇ ਦੀਆਂ ਹੁੰਦੀਆਂ, ਵਿੱਚ ਜਗਰਾਵਾਂ ਦੇ ਲੱਗਦੀ ਰੋਸ਼ਨੀ ਭਾਰੀ, ਜਗਰਾਵਾਂ ਦੀ ਰੋਸ਼ਨੀ ਬੜੀ ਮਸ਼ਹੂਰ ਹੈ। ਉਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਉਸ ਇਲਾਕੇ ਦੇ ਖਿਡਾਰੀ ਬੜੇ ਪ੍ਰਸਿੱਧ ਹੈ। ਸੋਹਣਾ ਮੈਚ ਹੈ ਇੱਧਰ, ਵਧਾਈਆਂ ਵਾਲਾ ਕਹਿੰਦੇ ਕਿੱਲੀ ਨੱਪੀ ਤੁਰਿਆਉਂਦਾ ਹੈ, ਉਹ ਵਧਾਈਆਂ ਵਾਲਾ ਕਹਿੰਦੇ ਕਿੱਲੀ ਨੱਪੀ ਤੁਰਿਆਉਂਦਾ ਹੈ, ਸੇਮੀ ਖੇਡਿਆ ਜਾ ਰਿਹਾ ਹੈ। ਇਹਤੋਂ ਬਾਅਦ ਜਿਹੜੀ ਜਿੱਤ ਗਈ ਚੁੱਕਿਆਂ ਦੇ ਨਾਲ ਫਾਈਨਲ ਖੇਡਿਆ ਜਾਣਾ ਹੈ, ਜਿਹੜੀ ਜਿੱਤ ਗਈ ਚੁੱਕਿਆਂ ਦੇ ਨਾਲ ਖੇਡੂ ਫਾਈਨਲ। ਉਹ ਬੱਲੇ ਪੰਮੂ ਪੰਮੂ ਨੇ ਪੱਟੀ ਤੋੜਤੀ ਮੁੰਡੇ, ਸੱਤ ਹੋ ਗਏ ਨਾ ਸਰਪੰਚ, ਠੀਕ ਹੈ ਜੀ। 7-9 ਦਾ ਮੁਕਾਬਲਾ ਹੌਲੀ ਹੌਲੀ ਕਰਕੇ ਮੁੰਡੇ ਕਹਿੰਦੇ ਬਿਲਕੁਲ ਨੇੜੇ ਤੇੜੇ ਲੱਗਦੇ ਜਾਂਦੇ ਆ, ਬਰਾਬਰੀ ਤੇ ਆ ਗਿਆ ਮੈਚ। 7-9 ਦਾ ਮੁਕਾਬਲਾ, 20 ਪੁਆਇੰਟਾਂ ਦੀ ਜਿਹੜੀ ਖੇਡ ਆ, ਹਾਲੇ ਤੇ ਮੈਚ ਬੜਾ ਲੰਬਾ ਲੱਗਣਾ, 2 ਪੁਆਇੰਟਾਂ ਦਾ ਫਰਕ ਜਿਹੜਾ ਬਾਕੀ ਰਹਿ ਗਿਆ ਵੀ ਹੁਣ ਪਰ ਸੁਬੇ ਤੇਗ ਤੇ ਬੰਦਾ ਕੀ ਨਹੀਂ ਕਰ ਸਕਦਾ, ਕਾਕੂ ਵਾਲੀਆਂ ਬੂਤ ਦੂਤਾਂ ਨਾਲ ਸਾਂਗਰ ਭਰ ਸਕਦਾ, ਤੇ ਉਸ ਡਾਂਡੇ ਦੇ ਲੜ ਲੱਗ ਕੇ ਬੇੜੀ ਤਰਦੀ ਹੁੰਦੀ ਹੈ, ਉਹ ਫਿਰ ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਹੈ। ਇੱਕ ਨੰਬਰ ਗਰਾਊਂਡ ਦੀ ਬਾਹਰ ਵੀਰੇ ਪੰਜ ਕਰ ਦੋ ਮੇਰਾ ਵੀਰ ਮਿਲ ਗਏ।
ਮਾਨਲਾਲ ਦੀ ਟੀਮ ਆਓ ਜੀ ਆਪਣਾ ਨਾਮ ਲੈਣ ਦੇ ਲਈ। ਮਾਨਲਾਲ ਦੇ ਖਿਡਾਰੀ ਆ ਜਾਓ, ਤੀਜੇ ਤੇ ਚੌਥੇ ਨੰਬਰ ਜੀ ਦੀ ਟਾਸ ਪਾਈ ਜਾਣੀ ਹੈ। ਮਾਨਲਾਲਾ ਸੂਬੇ ਦੇ ਨਾਂ ਤੇ ਬਣੀ ਹੋਈ ਟੀਮ ਹੈ, ਸੂਬਾ ਮਾਨਲਾਲਾ, ਮਾਨਲਾਲਾ ਕਦੀਮ। ਮਾਨਲਾਲੇ ਦੇ ਖਿਡਾਰੀ ਆ ਜਾਣਗੇ ਜੀ, ਪਿੰਡਾ ਜੀ ਆ ਜਾਓ, ਟਾਸ ਕਰ ਦਈਏ ਕੱਪਾਂ ਦੀ। ਕੱਪ ਦੇ ਅੱਜ ਬਾਕੀ ਕਹਿੰਦੇ ਬਾਹਲੇ ਸੋਹਣੇ ਬਣਾਏ ਆ ਮੁੰਡਿਆਂ ਨੇ, ਕੱਪ ਕਾਹਦੇ ਆ ਦੇਖ ਕੇ ਕਹਿੰਦੇ ਰੂਹ ਖੁਸ਼ ਹੁੰਦੀ ਹੈ, ਅੱਜ ਵੱਡੇ ਮਾਣ ਵੱਡੇ ਪਿਆਰ। ਮਾਨਲਾਲੀਏ ਮੁੰਡੇ ਆ ਜਾਓ ਜੀ, ਪਿੰਡਾ ਜੀ ਆ ਜਾਓ, ਟਾਸ ਕਰਾ ਦਈਏ ਆਪਾਂ। ਮਾਨਲਾਲੇ ਦੀ ਟੀਮ ਲਾਭ ਕੇ ਸਾਰੇ ਵੀਰ ਹੀ ਆ ਜਾਣਗੇ, ਨਹੀਂ ਭਰਾ ਮੈਚ ਤੋਂ ਬਾਅਦ ਜੇ ਨਹੀਂ ਲੈਣਾ ਨਾਮ ਤੇ ਰੁਕ ਜਾਂਦੇ ਆਪਾਂ। ਆ ਜਾਓ ਪਿੰਡੇ, ਆ ਜਾਓ ਫਿਰ ਭੱਜ ਕੇ, ਲੈ ਵੀਰ ਟਾਸ ਕਰਾ ਦੇ ਮੁੰਡਿਆਂ ਦੀ। ਲੈ ਵੀ ਅੱਠ ਹੋ ਗਏ, ਅੱਠ ਨੌ ਬਈ, ਇੱਧਰ ਅੱਠ ਉੱਧਰ ਨੌ, ਬਹੁਤ ਟਾਪ ਦਾ ਮੈਚ ਬਣ ਗਿਆ, ਬਿਲਕੁਲ ਬਰਾਬਰੀ ਤੇ ਆ ਗਿਆ ਕੰਮ। ਅੱਠ ਨੌ ਹੋ ਗਏ ਜੀ, ਲੈ ਵੀਰੋ ਟਾਸ ਕਰਾ ਮੁੰਡਿਆਂ ਦੀ ਪਹਿਲਾਂ। ਤੀਜੇ ਤੇ ਚੌਥੇ ਵਾਲੀ ਜਿਹੜੀ ਟਾਸ ਹੋ ਰਹੀ ਹੈ, ਯਸ਼ਨ ਗਿੱਲਾਂ ਵਾਲਾ, ਕੋਈ ਗੱਲ ਨਹੀਂ ਤੇ ਕਿਸਮਤ ਹੈ। ਤੀਜੇ ਨੰਬਰ ਤੇ ਰਹੇ ਹੈ ਜੀ ਮੁੰਡੇ ਮਾਨਲਾਲੀਏ, ਮੁਬਾਰਕਬਾਦ ਹੈ। ਨਹੀਂ ਮਾਨਲਾਲੀਓ ਕੱਪ ਭਾਰਾ ਥੋੜਾ ਜਿਹਾ ਹੱਥ ਦੇਖ ਕੇ ਪਾਇਓ, ਨਹੀਂ ਵੀ ਨਾਗਾ ਦੋ ਤਿੰਨ ਬਰਗਰ ਖਾ ਗਿਆ ਤੂੰ, ਹਲੇ ਵੀ ਜੀਭਾਂ ਮਾਰਦਾ। ਸੱਤੀ ਸਾਡਾ, ਹਾਂ ਵੀ ਸੱਤੀ ਕਿੱਥੇ ਹੈ, ਸੱਤੀ ਜੱਗੀ ਡਾਕਟਰ, ਸਾਰੇ ਵੀਰ ਹੀ ਆ ਜਾਓ ਪ੍ਰਬੰਧਕ ਕਮੇਟੀ ਵਾਲੇ। ਦਿਲਸ਼ਾਦ ਭਾਈ, ਭਾਈ ਦਿਲਸ਼ਾਦ, ਆਹ ਬੋਲੀ ਜੀ ਨਾ ਨਾ ਹੁਣ ਮੈਂ ਆ ਰਿਹਾ ਤੇ ਇਹ ਤੋਂ ਦੇਖ ਰਿਹਾ ਮੈਂ ਜੀ ਆ ਕੇ ਜੀ 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 ਜੀ
ਹੈਲੋ ਨਾਲ ਹੀ ਸਾਡੇ ਜਿਹੜੇ ਚਾਰ ਵੀਰ ਹੈ ਬੇਨਤੀ ਹੈ ਜੀ ਹੁਣ ਦੁੱਧ ਚ ਪੱਤੀ ਚੱਲ ਰਹੀ ਹੈ ਜਿਹੜੇ ਸਾਰੇ ਵੀਰਾਂ ਨੇ ਗੇੜਾ ਦੇ ਦਿਓ ਜਿਹੜੇ ਵੀਰ ਆਸੇ ਪਾਸੇ ਦੇਖ ਰਹੇ ਹੈ ਤੇ ਸਾਰੇ ਵੀਰਾਂ ਨੇ ਗੇੜਾ ਚਾਹ ਦਾ ਜ਼ਰੂਰ ਦੇ ਦਿਓ ਜੀ ਬੇਨਤੀ ਹੈ ਮੇਰੀ ਚਾਲੇ ਵੀਰਾਂ ਨੂੰ ਸਾਰੇ ਵੀਰਾਂ ਦਾ ਧੰਨਵਾਦ ਹੈ ਇੰਨੀ ਹਾਜ਼ਰੀ ਕਰੋ ਕਬੂਲ ਸਾਰੇ ਵੀਰਾਂ ਦਾ ਧੰਨਵਾਦ ਹੈ ਇੰਨੀ ਹਾਜ਼ਰੀ ਕਰੋ ਕਬੂਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਲੱਗੀ ਹੋਈ ਨੇ 8-9.8 ਘੰਟਿਆਂ ਲਈ ਸਾਹਮਣੇ 3 ਘੰਟਿਆਂ ਦੀ 9 ਪੁਆਇੰਟ ਪਰਤੀ ਸਾਈਡ ਖੰਜਰਾਂ ਦੀ ਖੁੱਲ੍ਹੀ ਸਿੰਘ ਦਿਨਰਾਜ ਜੀ ਟਾਈਗਰ ਭੱਟਾਂ ਵਾਲਾ ਲਾਈਵ ਤੇ ਹੈ ਹੈਲੋ ਲੜੀ ਕਿੰਨੇ ਕਿੰਨੇ ਸਰਪੰਚ ਡੋਡੇ 8-9 ਹੀ ਆ ਜੀ 8-9 ਹੀ ਆ ਚੇਂਜ ਗੁਰਲਾਲ ਟਿੰਦਰ ਜੀ ਇੱਧਰ 8-9 ਦਾ ਮੁਕਾਬਲਾ ਜੀ 8 ਨੰਬਰ ਆ ਜਿਹੜੇ ਘੱਟਿਆਂ ਦੀ ਟੀਮ ਦੇ 9 ਨੰਬਰ
ਖੰਜਰ ਵਾਲੀ ਟੀਮ ਹੈ। ਬਹੁਤ ਵਧੀਆ ਮੈਚ ਜਿਹੜਾ ਖੇਡਿਆ ਜਾ ਰਿਹਾ, ਦੋਵੇਂ ਪਾਸੇ ਜਿੱਤਾਂ ਹਾਰਾਂ ਦੇ ਫੈਸਲੇ ਬਾਕੀ ਲਈ, ਦੋਨੋਂ ਟੀਮਾਂ ਜਿੱਤ ਲਈ ਪੂਰਾ ਜ਼ੋਰ ਲਾ ਰਹੀਆਂ ਨੇ ਵੀ ਜੋ ਵੀ ਰਣ ਵਿੱਚ ਜੂਝਦੇ ਬਹੁਤੇ ਤਲਵਾਰਾਂ ਉਸ ਗਾਢੇ ਦੇ ਹੱਥ ਹੁੰਦੀਆਂ ਬਈ ਜਿੱਤਾਂ ਤੇ ਹਾਰਾਂ ਖੁਸ਼ੀ ਮਨਾਈਏ ਜਿੱਤ ਦੀ ਬਈ ਤਾਂ ਹਾਰੋ ਡੋਈਏ ਤੇ ਬੰਦੜੇ ਬੋਲ ਨਾ ਬੋਲੀਏ ਕਰਤਾਰ ਉਡਰੀਏ, ਬੰਦੜੇ ਬੋਲ ਨਾ ਬੋਲੀਏ ਕਰਤਾਰ ਉਡਰੀਏ। ਬਹੁਤ ਵਧੀਆ ਮੈਚ ਖੇਡਿਆ ਜਾ ਰਿਹਾ, 8-9 ਦਾ ਮੁਕਾਬਲਾ ਅਸੀਂ ਸਰਵਿਸ ਕਰਨ ਦੇ ਲਈ ਮੁੰਡੇ ਤਿਆਰ ਹੋ ਤਿਆਰ ਹੈ। ਆਪਣਾ ਇਸ ਤੋਂ ਬਾਅਦ ਇੱਕ ਫਾਈਨਲ ਮੈਚ ਆਪਣੇ ਕੋਲ ਬਾਕੀ ਹੈ ਤੇ ਫਿਰ ਜਿਹੜੀਆਂ ਮੇਲੇ ਨੇ ਯਾਦਾਂ ਛੱਡ ਜਾਣੀਆਂ ਨੇ, ਉਹ ਗੱਲਾਂ ਕਹਿੰਦੇ ਹੋਣਗੀਆਂ ਮੇਰੇ ਮਿੱਤਰ ਇੱਕ ਸਾਲ ਬਾਅਦ ਫਿਰ ਇਸ ਧਰਤੀ ਤੇ ਰੌਣਕਾਂ ਲੱਗਣਗੀਆਂ। ਹੈਲੋ, ਨਾਲ ਦੀ ਮੇਰੀ ਬੇਨਤੀ ਹੈ ਜੀ ਸੰਤੂ ਸਰਪੰਚ ਜੀ ਕਿਰਪਾ ਕਰਕੇ ਇੱਧਰ ਟਰਾਲੀ ਵਾਲੀ ਸਟੇਜ ਕੋਲ ਆ ਜਾਣਗੇ। ਸ਼ੰਭੂ ਸਰਪੰਚ ਜੀ ਨੂੰ ਮੇਰੀ ਬੇਨਤੀ ਹੈ ਟਰਾਲੀ ਵਾਲੀ ਸਟੇਜ ਕੋਲ ਆ ਜਾਓ ਜੀ, ਬੇਨਤੀ ਹੈ ਮੇਰੇ। ਹਾਂਜੀ, ਨਾਲ ਹੀ ਸੋਨੂ ਗਿੱਲ ਸਾਡੇ ਭਰਾ ਨੇ ਲੰਗਰ ਦੀ ਜਿਹੜੀ ਸੇਵਾ ਕੀਤੀ ਹੈ, ਲੰਗਰ ਲਾਇਆ ਵੀਰ ਨੇ, ਔਰ ਮੈਂ ਬੇਨਤੀ ਕਰਾਂਗਾ ਵੀਰ ਸਟੇਜ ਤੇ ਆ ਕੇ ਆਪਣਾ ਸਨਮਾਨ ਜ਼ਰੂਰ ਪ੍ਰਾਪਤ ਕਰੋ ਜੀ। ਸੋਨੂ ਗਿੱਲ ਸਾਡੇ ਭਰਾ ਦੇ ਵੱਲੋਂ ਜਿਹੜੀ ਲੰਗਰ ਦੀ ਸੇਵਾ ਕੀਤੀ ਗਈ ਅੱਜ ਇਸ ਖੇਡ ਟੂਰਨਾਮੈਂਟ ਦੇ ਲਈ, ਔਰ ਮੈਂ ਬੇਨਤੀ ਕਰੂੰਗਾ ਮੇਰਾ ਭਾਈ ਆਪਣਾ ਸਨਮਾਨ ਜ਼ਰੂਰ ਪ੍ਰਾਪਤ ਕਰ ਲਓ ਜੀ। ਪਰ ਇੱਧਰ ਮੈਚ ਕਹਿੰਦੇ ਪੂਰਾ ਖੜਕੇ ਦੜਕੇ ਵਾਲਾ ਹੈ, 8-9 ਦੀ ਟੱਕਰ ਆ, ਵਧਾਈਆਂ ਵਾਲਿਆ ਨੰਬਰ 9ਵਾਂ। ਹੁਣ ਜੇ ਜੋੜੇ ਤੇ ਗੱਲ ਜਿਹੜੀ ਤਾਂ ਬਣਦੀ ਹੈ ਵੀ ਇਹ ਮੇਰਾ ਜਿੱਤੇ ਬਾਹਰ ਬਹੁਤਾ ਦੌਲਤਾਂ ਦਾ ਕਰੀਏ, ਬੋਲੀਏ ਨਾ ਬੋਲ ਬੰਦਾ ਰੱਬ ਕੋਲੋਂ ਕਰੀਏ, ਉਹ ਨਿਕਲੀ ਗੱਲ ਦਾ ਮੂੰਹ ਵਿੱਚ ਪੈਂਦੀ ਹੈ ਤੇ ਜਦੋਂ ਬੰਦਾ ਪੈਰ ਛੱਡ ਦੇ ਬਈ ਗੁੱਡੀ ਚੜੀ ਇਸ ਬਾਬੋਂ ਡਿੱਗ ਪੈਂਦੀ ਹੈ, ਉਹ ਜਦੋਂ ਬੰਦਾ ਪੈਰ ਛੱਡ ਦੇ ਗੁੱਡੀ ਕਦੇ ਅੰਤਰਾਂ ਦੇ ਮੁੰਡਿਆਂ ਦੀ ਪੈਰ ਧਰਤੀ ਨਾ, ਔਰ ਕਦੇ ਦੁਨੀਆਂ ਦੇ ਮਹਾਨ ਬਣ ਗਏ ਹੈ, ਮਿਹਨਤ ਕਦੇ ਵੱਡੀ ਕੀਤੀ ਹੋਈ ਹੈ। ਇੱਧਰ ਪਾਸੀਆਂ ਮੇੜ ਪਿੰਡ ਦਾ ਬਣੀ ਖੇਡਦਾ ਖੰਜਰਵਾਲ ਦੀ ਟੀਮ ਦੇ ਲਈ, ਇੱਧਰ ਭੈਣੀ ਬਾਈ ਪਿੰਡ ਦਾ ਸੋਨੀਆ ਨਾਲ ਵਧਾਈਆਂ ਵਾਲਾ ਰਿੰਕੂ ਖੇਡਦਾ, ਤਰਖਾਣ ਵਾਲੇ ਪਿੰਡ ਦੇ ਕਦੇ ਮੁੰਡੇ ਨੇ ਉਹ ਕਹਿੰਦੇ ਖੇਡਦੇ ਮੈਦਾਨ ਦੇ ਵਿੱਚ ਵੱਡੀ ਜਗ੍ਹਾ ਬਣਾਈ ਹੋਈ ਹੈ। ਵਧੀਆ ਮੈਚ ਹੈ, ਇਹਦੀ ਸੋਨੂ ਗਿੱਲ ਬਾਈ ਜੀ ਆ ਗਏ ਕਿ ਨਹੀਂ ਰੂਪ ਬਾਈ ਸੋਨੂ ਗਿੱਲ ਜੀ, ਉਹਨਾਂ ਨੂੰ ਬੇਨਤੀ ਆਪਣਾ ਸਨਮਾਨ ਪ੍ਰਾਪਤ ਕਰ ਲਓ ਮੇਰੇ ਆ ਕੇ। ਸੋਨੂ ਗਿੱਲ ਜੀ ਉਹਨਾਂ ਦੇ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ ਅੱਜ ਦੇ ਇਸ ਵੱਡੇ ਕੱਪ ਦੇ, ਸੋ ਮੇਰਾ ਵੀਰ ਬਣ ਕੇ ਆਪਣਾ ਇੱਧਰ ਸਨਮਾਨ ਜ਼ਰੂਰ ਪ੍ਰਾਪਤ ਕਰੋ ਜੀ। ਟਾਈਗਰ ਬਾਈ ਚੁੱਕਿਆਂ ਦੀ ਟੀਮ ਜਿੱਤ ਗਈ ਸੀ, ਚੁੱਕਿਆਂ ਦੀ ਟੀਮ ਫਾਈਨਲ 'ਚ ਖੜਕੇ ਨੇ ਬਸ
ਨਾਲ ਹੀ ਬਾਈ ਬੱਲੀ ਫਰੋਸ਼ਾ ਜੀ ਉਹ ਆ ਜਾਣਗੇ ਜੀ, ਨਾਲ ਬਾਈ ਕਮਲ ਤੇ ਬਾਈ ਅਰਸ਼ ਉਹਨਾਂ ਦਾ ਸਨਮਾਨ ਹੈ। ਮੇਰੀ ਬੇਨਤੀ ਹੈ ਮੇਰਾ ਵੀਰ ਬੱਲੀ ਫਰੋਸ਼ਾ ਜਲਦੀ ਦੇ ਨਾਲ ਇੱਧਰ ਮੇਰੇ ਸਟੇਜ ਤੇ ਆ ਕੇ ਆਪਣਾ ਸਨਮਾਨ ਪ੍ਰਾਪਤ ਕਰ ਲਓ ਜੀ। ਇੱਧਰ ਬਹੁਤ ਲੰਬਾ ਸਮਾਂ ਹੋ ਗਿਆ ਮੈਚ ਚੱਲੀ ਆਉਂਦਾ, ਅੱਠ ਤੇ ਨੌ ਦੀ ਟੱਕਰ ਹੈ, ਅੱਠ ਨੌ ਹੀ ਹੈ ਟੱਕਰ ਜੀ ਕਿ ਨੌ ਨੌ ਹੈ? ਬਿਲਕੁਲ ਬਰਾਬਰੀ ਤੇ ਆ ਗਿਆ ਮੈਚ, ਨੌ ਨੌ ਦੀ ਬਰਾਬਰੀ ਹੈ ਜੀ। ਨੌ ਨੌ ਨੰਬਰ ਦੋਨੋਂ ਟੀਮਾਂ ਦੇ ਬੱਲੀ ਫਰੋਸ਼ਾ ਆ ਗਿਆ ਮੇਰਾ ਵੀਰ। ਅਰਸ਼ਰ ਕਮਲ ਦਾ ਸਨਮਾਨ ਜਿਹੜਾ ਉਹ ਵੀ ਕੀਤਾ ਜਾਣਾ ਮੇਰਾ ਵੀਰ, ਆ ਜਾਓ ਜੀ। ਨਾਲ ਸੋਨੂੰ ਗਿੱਲ ਦਾ ਮਾਣ ਹੈ, ਇਧਰਲੇ ਪਾਸੇ ਧੱਕੇ ਵਾਲੀ ਪਿੰਡ ਦੇ ਖੁਸ਼ਦੀਪ ਨੇ ਨੰਬਰ ਜੋੜ ਦਿੱਤਾ ਹੈ। ਲੈ ਵੀ ਸਾਡਾ ਚੀਜ਼ ਹੈ, ਦਸ ਤੇ ਨੌ ਦੀ ਟੱਕਰ ਆ ਬਾਈ, ਦਸ ਨੰਬਰ ਘੱਟੇ ਵਾਲੀ ਤੇ ਨੌ ਨੰਬਰ ਵੀਰੇ ਜਿਹੜੇ ਖੰਜਰਾਂ ਦੀ ਟੀਮੇ ਹੈ। ਨਾਲ ਹੀ ਉਧਰ ਕੈਨੇਡਾ ਵਾਲੇ ਅਰਸ਼ ਦੇ ਵੱਲੋਂ ਤੀਜਾ ਤੇ ਚੌਥਾ ਪ੍ਰਾਈਜ਼ ਸਾਨੂੰ ਦਿੱਤਾ ਅੱਜ ਦੇ ਸਕੇ ਟੂਰਨਾਮੈਂਟ ਦੇ ਲਈ, ਔਰ ਅਰਸ਼ ਦਾ ਸਨਮਾਨ ਬਾਈ ਕਮਲ ਤੇ ਬਾਈ ਬੱਲੀ ਨੂੰ ਦਿੱਤਾ ਜਾ ਰਿਹਾ ਨਾ। ਬਹੁਤ ਬਹੁਤ ਧੰਨਵਾਦ ਹੈ ਬਾਈ ਬੱਲੀ ਫਰੋਸ਼ਾ, ਨਾਲ ਬਾਈ ਕਮਲ, ਇਹਨਾਂ ਭਰਾਵਾਂ ਦੀ ਬਹੁਤ ਵੱਡੀ ਸਪੋਰਟ ਹੁੰਦੀ ਸਾਨੂੰ ਹਰ ਸਾਲ, ਔਰ ਬਾਈ ਅਰਸ਼ ਦਾ ਜਿਹੜਾ ਮਾਣ ਸਨਮਾਨ ਇਹਨਾਂ ਭਰਾਵਾਂ ਨੂੰ ਦਿੱਤਾ ਜਾ ਰਿਹਾ ਹੈ। ਕੈਨੇਡਾ ਵਾਲੇ ਕਹਿੰਦੇ ਅਰਸ਼ ਨੇ ਤੀਜਾ ਤੇ ਚੌਥਾ ਪ੍ਰਾਈਜ਼ ਦਿੱਤਾ ਸਾਨੂੰ ਅੱਜ ਦੇ ਵੱਡੇ ਕੱਪ ਦੇ ਲਈ, ਬਹੁਤ ਬਹੁਤ ਮੈਂ ਧੰਨਵਾਦ ਕਰਾਂਗਾ। ਲਓ ਇੱਧਰ ਦਸ ਦੇ ਨੌ ਦੀ ਟੱਕਰ ਹੈ, ਨੰਬਰ ਗਿਆਰਵਾਂ ਜੋੜਨ ਦੇ ਲਈ ਬੰਦੇ ਤਿਆਰ ਬਰ ਤਿਆਰ ਨੇ। ਚੋਟੀ ਦਾ ਕਹਿੰਦੇ ਮੁਕਾਬਲਾ ਖੇਡਿਆ ਜਾ ਰਿਹਾ ਹੈ, ਵੀ ਦੇਣ ਵਾਲਾ ਦਾਤਾ ਉਹਦੇ ਕਿਸੇ ਤੋਂ ਨਹੀਂ ਸੜੀਦਾ, ਉਹਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਸਦਾ ਕਰੀਦਾ, ਤੇ ਸੁਖੀ ਲੁੱਭ ਉਹ ਬੰਦਾ ਵੱਧਦਾ ਨੀ ਅੱਗੇ। ਉਹ ਪਿੱਛੋਂ ਵਿੱਚ ਬੈਠਾ ਜਿਹੜਾ ਘੋਲੀ ਜਾਵੇ ਜ਼ਹਿਰ, ਤੇ ਛੱਡੀਏ ਨਾ ਦਿਲ ਮਿਲ ਜਾਂਦੀ ਆ ਤਰੱਕੀ, ਜੇ ਮਿਲ ਕੇ ਤਰੱਕੀ ਦੇ ਫਿਰ ਛੱਡੀ ਦੇ ਨੀ ਪੈਰ, ਛੱਡੀਏ ਨਾ ਦਿਲ ਮਿਲ ਜਾਂਦੀ ਆ ਤਰੱਕੀ, ਜੇ ਮਿਲ ਕੇ ਤਰੱਕੀ ਦੇ ਫਿਰ ਛੱਡੀ ਦੇ ਨੀ ਪੈਰ। ਲਓ ਦਸ ਉਧਰਲੇ ਪਾਸੇ ਆ, ਨੌ ਇਧਰਲੇ ਪਾਸੇ, 19 ਜੀ ਦੇ ਪਹਿਲਾਂ ਹੋ ਗਏ ਤੇ ਉਹਦਾ ਪੇਚਾ ਅੱਗੇ ਪੈਣਾ ਚੁੱਕਿਆਂ ਦੀ ਟੀਮ ਦੇ ਨਾਲ, ਫਾਈਨਲ ਵੀ ਕਹਿੰਦੇ ਬਹੁਤ ਤਕੜਾ ਖੇਡਿਆ ਜਾਣਾ ਹੈ। ਨਾਲ ਇੱਧਰ ਦੇ ਪਾਸੇ ਬਾਈ ਸੋਨੂੰ ਗਿੱਲ, ਬਾਈ ਸੋਨੂੰ ਗਿੱਲ ਜਿਹੜੇ ਭਰਾ ਨੇ ਸਾਨੂੰ ਲੰਗਰ ਦੀ ਸੇਵਾ ਜਿਹੜੇ ਬਖਸ਼ੀ ਅੱਜ ਦੇ ਸਖੇ ਟੂਰਨਾਮੈਂਟ ਦੇ ਲਈ, ਬਹੁਤ ਵੱਡਾ ਮੈਂ ਧੰਨਵਾਦ ਕਰਾਂਗਾ। ਚੱਕਣਾ ਜੀ, ਓਕੇ ਜੀ। ਨਾਲ ਹੀ ਇੱਧਰ ਸੋਨੂੰ ਗਿੱਲ, ਬਹੁਤ ਬਹੁਤ ਧੰਨਵਾਦ ਆ ਭਰਾ ਸਾਡੇ ਦੇ ਵੱਲੋਂ ਸਾਨੂੰ ਲੰਗਰ ਦੀ ਜਿਹੜੀ ਸੇਵਾ ਜਿਹੜੀ ਸਖੇ ਟੂਰਨਾਮੈਂਟ ਦੇ ਲਈ ਦਿੱਤੀ ਗਈ ਹੈ, ਬਹੁਤ ਬਹੁਤ ਧੰਨਵਾਦ ਹੈ। ਔਰ ਅੱਜ ਵੱਡੇ ਮਾਣ ਸਨਮਾਨ ਜਿਹੜੇ ਸਾਡੇ ਭਰਾ ਨੂੰ ਦਿੱਤੇ ਜਾ ਰਹੇ ਹਨ, ਮੰਡੀਆਂ ਮੁਬਾਰਕਾਂ ਦੀ, ਬਹੁਤ ਬਹੁਤ ਧੰਨਵਾਦ। ਦੇਖਿਓ ਕਿੰਨੇ ਭਾਗਾਂ ਵਾਲੇ ਇਨਸਾਨ ਨੇ, ਕਿੰਨੀ ਸੰਗਤ ਆਈ ਆਪਣੇ ਕੋਲ, ਕਿੰਨੀਆਂ ਟੀਮਾਂ ਖੱਡੀਆਂ, ਔਰ ਇਹ ਭਰਾ ਨੇ ਜਿਹੜੀ ਸਾਰੀ ਸੰਗਤ ਦੇ ਲਈ ਲੰਗਰ ਦੀ ਸੇਵਾ ਜਿਹੜੀ ਕੀਤੀ ਹੈ, ਬਹੁਤ ਬਹੁਤ ਧੰਨਵਾਦ ਹੈ। ਵੱਡੀਆਂ ਮੁਬਾਰਕਾਂ ਸਾਡੇ ਭਰਾ ਨੂੰ, ਵੱਡਾ ਮਾਣ ਸਨਮਾਨ ਜਿਹੜਾ ਦਿੱਤਾ ਜਾ ਰਿਹਾ ਹੈ। ਆਪਣੇ ਹਰੀ ਸ਼ਰਮਾ ਜੀ ਦੀ ਰਾਜਾ
ਬਾਈ ਬਾਈ ਆਵਾਜ਼ ਘਟਾ ਲਈ ਯਾਰ। ਰਵਿੰਦਰ ਬਰਾੜ ਜੀ ਅਕਾਲੀਆਂ ਦਾ ਹਰ ਗਈ ਸੀਗੀ ਜੀ ਕੁਆਟਰ ਫਾਈਨਲ ਮੈਚ ਚੁੱਕਿਆਂ ਦੀ ਟੀਮ ਨੂੰ। ਹੈਲੋ ਰਵਿੰਦਰ ਚੁੱਕੇ ਦੀ ਟੀਮ ਨੂੰ ਠੀਕ ਹੈ ਜੀ। ਨਾਮ ਲੱਗਣ ਬਾਈ ਜੱਗੀ ਜੀ ਪਿਆਰਿਆਣਾ ਔਰ ਬਾਈ ਬਿੰਦੀ ਨੂੰ ਅੱਜ ਆਪਾਂ ਦੁਨੀਆਂ ਦਾ ਕਹਿੰਦੇ ਹਾਂ ਜੀ ਪ੍ਰਿੰਸੀਪਲ ਹੈ ਬਾਈ ਬਿੰਦੀ ਉਹਨਾਂ ਦੇ ਵੀ ਸਟਾਰ ਸੀਗੇ ਢਿੱਲੋਂ ਬਾਈ ਔਰ ਜਿਹੜੇ ਪੜ੍ਹਾਣੇ ਦੀ ਟੀਮ ਦੇ ਲਈ ਵੀ ਲੰਬਾ ਟਾਈਮ ਖੇਡੇ ਤੇ ਫਰੋਸ਼ਾਂ ਦੀ ਟੀਮ ਦੇ ਲਈ ਵੀ ਖੇਡੇ ਔਰ ਅੱਜ ਉਹਨਾਂ ਦੀਆਂ ਵੀ ਯਾਦਾਂ ਨੂੰ ਜਿਹੜਾ ਤਾਜ਼ਾ ਕੀਤਾ ਜਾ ਰਿਹਾ ਬਾਈ ਜੱਗੀ ਜੀ ਪਿਆਰਿਆਣਾ ਔਰ ਜਿਹਨਾਂ ਨੇ ਸਨਗਰ ਦੇ ਲਈ ਬਹੁਤ ਤਗੜੀ ਵਾਲੀ ਵਾਲ ਖੇਡੀ ਹੈ ਔਰ ਬਾਈ ਬਿੰਦੀ ਹੁਣ ਦੇ ਉਸਤਾਦਾਂ ਵਜੋਂ ਦੁਨੀਆਂ ਜਾਣਦੀ ਹੈ। ਬਹੁਤ ਵੱਡਾ ਮੈਂ ਤੇ ਧੰਨਵਾਦ ਕਰਾਂਗਾ ਕਿ ਲਾਰਜ ਖਾਤਰ ਲੋਕ ਵਜਾਉਂਦੇ ਘੱਟੀ ਘੱਟੀ ਪਈ ਹੈ ਤੇ ਪੇਟ ਨੇ ਚਾਈਨਾ ਵਾਂਗੂ ਕਿਸੇ ਦੀ ਕੋਈ ਗਰੰਟੀ ਨਹੀਂ ਹੈ ਤੇ ਝੂਠ ਦੀ ਮੰਦੀ ਰੋਜ਼ ਵਪਾਰੀ ਹੋ ਹੋ ਗੱਲ ਜਾਂਦਾ ਹੈ ਔਰ ਢਿੱਲੋਂ ਰੀੜ ਦੀ ਹੱਡੀ ਟੁੱਟ ਗਏ ਜਦ ਕੋਈ ਆਪਣਾ ਛੱਡ ਜਾਂਦਾ ਹੈ ਬਾਈ ਰੀੜ ਦੀ ਹੱਡੀ ਟੁੱਟ ਗਏ ਔਰ ਜਦ ਕੋਈ ਆਪਣਾ ਛੱਡ ਜਾਂਦਾ ਹੈ ਲਾਰੀ ਇਧਰਲੇ ਪਾਸੇ ਕਮਾਲ ਹੋ ਗਿਆ ਹੈ ਔਰ ਖੇਡ ਦੇ ਮੈਦਾਨ ਚ ਨੰਬਰ ਕਹਿੰਦੇ ਇੱਕ ਹੋਰ ਖੰਜਰਵਾਲ ਦੀ ਟੀਮ ਦੇ ਖਾਤੇ ਵਿੱਚ ਜਾ ਜੁੜ ਗਿਆ ਹੈ ਮੈਚ ਕਹਿੰਦੇ ਚੋਟੀ ਦਾ ਖੇਡਾ ਜਾ ਰਿਹਾ ਖੇਡ ਦੇ ਮੈਦਾਨ ਚ ਵੇਖਾਂਗੇ ਨੰਬਰ ਹੁਣ ਕੌਣ ਜੋੜੂਗਾ ਇੱਧਰ ਕਹਿੰਦੇ ਪਿੱਤਰ ਤੇ ਆਸਾਂ ਮੀਂਦਾ ਵੱਡੀਆਂ ਨੇ ਨਾਲੀ ਪਿੰਦਰਾ ਫੜਨਾ ਤਿਆਰੀ ਸੋਨੇ ਰੀਰ ਔਰ ਸਾਰੀ ਦੁਨੀਆਂ ਦੀ ਅੱਖ ਜਿਹੜੀ ਹੁਣ ਦੇ ਤੇਰੇ ਤੇ ਹੈ ਵੀ ਪਿੰਦਰਾ ਮੈਚ ਦੇ ਵਿੱਚ ਕੁੱਝ ਨਾ ਕੁੱਝ ਕਮਾਲ ਜਿਹੜੀ ਕਰ ਸਕਦਾ ਹੈ ਵੀ ਭਾਵੇਂ ਲੀਕਾਂ ਖਿੱਚਦੀਆਂ ਸਿਕੰਦਰ ਨੇ ਤੇ ਅੰਤ ਕਰਾ ਗਿਆ ਕੋਰਸ ਰਾਜ ਹੋਇਆ ਨੀ ਕਿਸੇ ਤੋਂ ਬਾਹਰ ਅਜੇ ਰਣਜੀਤ ਵਰਗਾ ਤੇ ਕੱਪੜੇ ਲਾ ਕੇ ਪੱਟਾਂ ਤੇ ਥਾਪੀਆਂ ਦੇ ਪੜਿਆ ਨੇ ਮਾਰੀਆਂ ਕੋਈ ਰਿੱਟ ਉੱਠਿਆ ਨੀ ਵੀ ਪਾਜੇ ਦੇ ਹਰਜੀਤ ਵਰਗਾ ਔਰ ਰੈਡ ਬੋਲ ਦਾ ਤਾਂ ਕਹਿੰਦੇ ਇਹਦੇ ਨਾਮ ਹੀ ਹੈ ਹਜ਼ਾਰ ਮੀਲ ਤੇ ਬੰਦਾ ਸਟਾਰ ਬੱਕ ਪੀ ਕੇ ਪਾਰਦਾ ਤੇ ਕ੍ਰੇਟ ਟੇਪ ਦੀ ਕਿੱਥੋਂ ਰੀਸ ਕਰ ਲੂ ਬਈ ਟਰਾਲਾ ਪੈਰ ਗਾੜਦਾ ਅਫਗਾਨੀ ਅੱਜ ਵੀ ਥਰ ਥਰ ਕੱਢਦੇ ਆ ਨਾਮ ਸੁਣ ਕੇ ਹਰੀ ਸਿੰਘ ਨਲੂਏ ਸਰਦਾਰ ਦਾ ਤੇ ਉਦੋਂ 53 ਫੁੱਟਾਂ ਕੀ ਬੈਕ ਲੱਗਣਾ ਬਈ ਜਿਹਨੇ ਹਾਲੇ ਤੱਕ ਲਾਇਸੈਂਸ ਨਹੀਂ ਲਿਆ ਕਾਰ ਦਾ ਤੇ ਕੁੜਤਾ ਪਜਾਮਾ ਜੇ ਰੂਹ ਨਾ ਸਵਾਇਆ ਹੋਵੇ ਨਾ ਤੇ ਕਹਿੰਦੇ ਧੂਹੀ ਭੰਨ ਦਿੰਦਾ ਜੀਤਦੀ ਹੈ ਤੇ ਇੰਡੀਆ ਦੇ ਟਰੈਕਟਰ ਤਾਂ ਬਾਹਰੋਂ ਬੜੇ ਆ ਗਏ ਪਰ 855 ਨੇ ਔਰ ਜੀਬ ਕਢਾਈਆਂ ਤੂੜੀ ਵਾਲੀ ਮਸ਼ੀਨ ਦੀ ਹੈ 10 ਸਪੀਡ 30 ਸਪੀਡ ਤੇ ਆਟੋ ਜੋ ਬੜੇ ਚਲਾ ਕੇ ਦੇਖ ਲਏ ਹੈ ਨਜ਼ਾਰਾ ਜਿੱਦਾਂ ਵੀ ਕਿਸੇ ਦੇ 18 ਦੇ ਖੇਰ ਵਰਗਾ ਕਈ ਰਫੜਾਂ ਦੇ ਬੜਿਆ ਪਾਪਿਆਂ ਕੋਲੇ ਆ ਡੰਡੇ ਆਲੇ ਵਾਲਿਆ ਪਰ ਤਬਕਾ ਹੈ ਨੀ ਕਿਸੇ ਦਾ ਔਰ ਢਿੱਡਰਾਂ ਦੇ ਸ਼ੇਰ ਵਰਗਾ ਤਬਕਾ ਹੈ ਨੀ ਕਿਸੇ ਦਾ ਢਿੱਡਰਾਂ ਦੇ ਸ਼ੇਰ ਵਰਗਾ ਨਾਰੀ ਬਾਈ ਜਿਹੜੇ ਜਿਹੜੇ ਸਿੱਖੀ ਦੇ ਉਹ ਮਹਾਨ ਜੋਧੇ ਬਾਰੇ ਜਾਣਦੇ ਆ ਇੱਕ ਜਕਾਰਾ ਲਾਵਾਂਗੇ ਬਾਈ ਔਰ ਸਾਰੇ ਜਾਣੇ ਨੇ
ਅੱਜ ਕਾਲਜ ਦੇਣਾ ਮੇਰਾ ਵੀਰ ਕਦੇ ਕਮਾਲ ਹੋ ਗਈ ਹੈ ਮੈਚ ਚੋਟੀ ਦਾ ਨਾਲ ਹੀ ਉੱਧਰ ਸਾਡੇ ਬਹੁਤ ਹੀ ਸਤਿਕਾਰ ਦੇ ਯੁੱਗ ਦੀਆਂ ਡਾਕਟਰਾਂ ਹੋਈ ਸੀ ਜੀ ਬਹੁਤ ਸਤਿਕਾਰ ਦੇ ਯੁੱਗ ਦੇ ਬੜੇ ਜ਼ਿੰਮੇਵਾਰ ਇਨਸਾਨ ਹੈ ਔਰ ਜਿਹੜੇ ਦਿਨ ਤੋਂ ਲੈ ਕੇ ਟੂਰਨਾਮੈਂਟ ਦੀ ਮੀਟਿੰਗ ਹੋ ਰਹੀ ਹੈ ਉਸ ਦਿਨ ਤੋਂ ਲੈ ਕੇ ਹੁਣ ਤੱਕ ਸਾਡੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਕਿਸੇ ਵੀ ਤਰ੍ਹਾਂ ਦੀ ਕੋਈ ਲੋੜ ਜਿਹੜੀ ਹੁੰਦੀ ਹੈ ਤੇ ਭਰਾ ਸਾਡੇ ਨੇ ਕਦੇ ਮੱਥੇ ਵੱਟ ਨਹੀਂ ਪਾਇਆ ਅੱਧੀ ਰਾਤ ਨੂੰ ਭੱਜਿਆ ਤੁਰਿਆ ਆਉਂਦਾ ਤੇ ਦੋਸਤੇ ਇਹ ਕਹਿੰਦੇ ਜ਼ਿੰਮੇਵਾਰ ਇਨਸਾਨਾਂ ਦੇ ਵਿੱਚ ਗਿਣਤੀ ਆ ਸਾਡੇ ਬਹੁਤ ਸਤਿਕਾਰ ਦੇ ਯੋਗ ਡਾਕਟਰ ਅਮਰੀਕ ਸਿੰਘ ਜੀ ਆਪਣਾ ਸਨਮਾਨ ਜ਼ਰੂਰ ਪ੍ਰਾਪਤ ਕਰ ਲੈਣਗੇ ਔਰ ਥੋੜੀ ਲੋੜਵੰਦਾਂ ਦੀ ਸੇਵਾ ਵੀ ਕਰਦੇ ਆ ਇਹ ਵੱਡੀ ਗੱਲ ਹੈ ਦੁੱਖ ਦੀ ਗੱਲ ਹੈ ਵੀ ਇਨਸਾਨੀਅਤ ਜਿਹੜੀ ਕੁੱਟ ਕੁੱਟ ਕੇ ਭਰੀ ਹੋਈ ਹੈ ਡਾਕਟਰ ਸਾਹਿਬ ਦੇ ਅੰਦਰ ਇਹ ਗੱਲਾਂ ਜਿਹੜੀਆਂ ਹਰ ਇੱਕ ਇਨਸਾਨ ਲਈ ਨਹੀਂ ਬੋਲੀਆਂ ਜਾ ਸਕਦੀਆਂ ਭਰਾ ਸਿਆਣੇ ਕਹਿੰਦੇ ਵੀ ਸੋਭਾ ਜੱਗ ਦੀ ਹੁੰਦੀ ਹੈ ਔਰ ਜਦੋਂ ਕੋਈ ਤੀਜਾ ਬੰਦਾ ਕਵੇ ਨਾ ਬੰਦੂ ਬਈ ਹੈ ਵੀ ਹਾਂ ਯਾਰ ਆਹ ਬੰਦੇ 'ਚ ਗੱਲ ਹੈਗੀ ਹੈ ਤੇ ਫਿਰ ਗੱਲ ਬਣਦੀ ਹੈ ਡਾਕਟਰ ਅਮਰੀਕ ਹੋਣਾ ਦਾ ਬਹੁਤ ਬਹੁਤ ਧੰਨਵਾਦ ਅੱਜ ਦੇ ਇਸ ਵੱਡੇ ਕੱਪ ਦੇ ਵੱਡੇ ਬਾਰਸਰ ਬਣ ਜਿਹੜੇ ਦਿੱਤੇ ਜਾ ਰਹੇ ਹੈ ਇਹਨਾਂ ਦੇ ਜਜ਼ਬੇ ਨੂੰ ਸਲਾਮ ਇਹਨਾਂ ਦੇ ਹੌਸਲੇ ਨੂੰ ਸਲਾਮ ਹੈ ਨਾਲ ਹੀ ਜਸ਼ਨ ਆਸਟ੍ਰੇਲੀਆ ਚੇਅਰਮੈਨ ਬਾਈ ਇਹਨਾਂ ਭਰਾਵਾਂ ਦੇ ਵੱਲੋਂ ਸਾਨੂੰ ਪਿਛਲੇ ਸਾਲ 61,000 ਰੁਪਏ ਦੀ ਬਹੁਤ ਵੱਡੀ ਸਹਾਇਤਾ ਸੀਗੀ ਔਰ ਇਸ ਵਾਰ ਸਾਨੂੰ ਪਹਿਲਾ ਪ੍ਰਾਈਜ 41,000 ਰੁਪਏ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਹੈ ਜੀ ਆਪਣਾ ਸਨਮਾਨ ਜ਼ਰੂਰ ਪ੍ਰਾਪਤ ਕਰ ਲਓ ਜੀ ਮੈਂ ਵੀ ਆ ਜਾਓ ਬੱਬੂ ਬਾਈ ਵੀ ਸਨਮਾਨ ਕਰੀਏ ਪਵਰੇ ਠੀਕ ਹੈ ਜੀ ਵਾਹ ਬਾਈ ਨਾਲ ਹੀ ਮੇਰੇ ਪਾਸੇ ਸੋਨੂੰ ਗਿੱਲ ਜੀ ਜੇਕਰ ਆਉਂਦੇ ਸਾਲ ਵੀ ਟੂਰਨਾਮੈਂਟ ਦੇ ਲੰਗਰ ਦੀ ਸੇਵਾ ਕਰਦੇ ਆ ਤੇ ਚੱਕਾ ਟੇਲਰ ਸਾਡਾ ਭਰਾ ਸਾਡਾ ਕਹਿੰਦਾ ਵੀ 5 ਕੁੜਤੇ ਪਜਾਮੇ ਆਪਾਂ ਫ੍ਰੀ ਸਵਾ ਕੇ ਦੇਵਾਂਗੇ ਵਾਹ ਬਾਈ ਵਾਹ ਬਾਕੀ ਗੱਲਾਂ ਹੈ ਆਸਟ੍ਰੇਲੀਆ ਦੇ ਵਿੱਚ ਹੈ ਜੱਸੂ ਕਹਿੰਦੇ ਮਲਕ ਵਾਲਾ ਵੀ ਲਾਈਤੇ ਹੈ ਬਹੁਤ ਬਹੁਤ ਧੰਨਵਾਦ ਮੈਂ ਕਰਾਂਗਾ ਭਰਾਵਾ ਵਿੱਚ
ਨਾਲ ਹੀ ਉਧਰ ਜੱਗਾ ਤੇ ਇੰਦਰ ਸਾਡਾ ਭਰਾ ਕਹਿ ਰਿਹਾ ਹੈ ਵੀ ਜੇਕਰ ਸੋਨੂੰ ਗਿੱਲ ਆਉਂਦੇ ਸਾਲ ਵੀ ਲੰਗਰ ਦੀ ਸੇਵਾ ਕਰਦਾ ਤੇ ਪੰਜ ਕੁੜਤੇ ਪਜਾਮੇ ਫ੍ਰੀ ਸਲਾ ਕੇ ਦਿੱਤੇ ਜਾਣਗੇ ਜੀ। ਲਓ ਸਾਹਮਣੇ ਇਧਰ ਕਹਿੰਦੇ ਪੱਪੂ ਕਿਨਾਰੇ ਤੇ ਬਾਲ ਲੱਗ ਗਈ ਹੈ ਉੱਠੋ ਜੀ ਤੁਹਾਡੀ ਜਾਨ ਗੁੱਡ ਮਾਰਨਿੰਗ ਕਹਿੰਦੀ ਹੈ ਪੱਪੂ ਜੀ। ਲੈ ਜੀ ਨੌ ਬਾਰਾਂ ਜਾਣਾ ਨੰਬਰ ਠੀਕ ਹੈ ਜੀ ਨਾਲ ਹੀ ਸ਼ੰਭੂ ਸਰਪੰਚ ਜੀ ਕਹਿ ਰਿਹਾ ਵੀ ਆਉਂਦੇ ਟੂਰਨਾਮੈਂਟ ਦੇ ਦੋ ਬੰਦੇ ਆਟੇ ਦੇ ਆਪਣੇ ਵੱਲੋਂ ਦਿੱਤੇ ਜਾਣਗੇ ਆਟੇ ਦੀ ਸੇਵਾ ਕੀਤੀ ਜਾਊਗੀ। ਬਹੁਤ ਬਹੁਤ ਧੰਨਵਾਦ ਆ ਸਰਪੰਚ ਸਾਹਿਬ ਕਹਿ ਰਿਹਾ ਵੀ ਆਉਂਦੇ ਸਾਲ ਆਪਣੇ ਵੱਲੋਂ ਅੱਤ ਦੀ ਸੇਵਾ ਕੀਤੀ ਜਾਵੇਗੀ ਲੰਗਰ ਦੇ ਵਿੱਚ। ਲੈ ਵੀ ਨੌ ਤੇ ਬਾਰਾਂ ਦਾ ਮੁਕਾਬਲਾ ਖੇਡਿਆ ਜਾ ਰਿਹਾ ਬਾਲ ਜਿਹੜੀ ਆਉਂਦਾ ਹੈਲੋ ਲੈ ਵੀ ਬਹੁਤ ਵਧੀਆ ਮੈਚ ਆ ਸਰਬਤ ਸਿੰਘ ਕੁਮਾਰ ਫਿਰ ਜੀ ਜੋ ਕਿ 12 ਦੇ 9 ਦਾ ਮੁਕਾਬਲਾ ਕਰੇ 12 ਨੰਬਰ ਆ ਬਾਈ ਕੱਪਿਆਂ ਦੀ ਟੀਮ ਨੇ ਔਰ 9 ਪੁਆਇੰਟ ਜਿਹੜੇ ਖੰਜਰਵਾਲ ਦੀ ਟੀਮ ਦੇ ਅਗਲੇ ਫਾਜ਼ਿਲਕਾ ਦੇ ਜਿਹੜੇ ਲੁਧਿਆਣਾ ਦੀਆਂ ਵੱਡੀਆਂ ਟੀਮਾਂ ਦੀਆਂ ਦੇ ਟੱਕਰ ਹੈ 12 ਤੋਂ 13 ਕਰਨ ਲਈ ਆ ਉਹ ਮੁੰਡੇ ਕਹਿੰਦੇ ਤਿਆਰ ਵਰਤਿਆਰ ਹੈ ਵੀ ਗੱਡਿਆਂ ਵਿਚਾਲੇ ਨਿੱਤ ਪਈਆਂ ਨੇ ਨੋਬੰਦੀਆਂ ਤੇ ਬਾਹਰ ਬੈਠੇ ਲੋਕਾਂ ਵਿੱਚ ਗੱਲਾਂ ਹੁੰਦੀਆਂ ਕਿ ਟੀਮਾਂ ਦੋਨੋਂ ਚੰਗੀਆਂ ਕੌਣ ਮਾਰੂ ਸ਼ਾਟਾਂ ਦੇ ਕੌਣ ਕਰੂਗਾ ਡਿਫੈਂਸ ਹੁਣ ਡਿੱਗ ਡਿੱਗ ਕੇ ਉਹ ਚੀਰੀਆਂ ਗੁੱਟਾਂ ਦੇ ਵਿੱਚ ਜੋਰ ਮਿੱਤਰੋ ਉਹਨੇ ਚਾਰਾਂ ਜਿੱਤ ਗਏ ਮੈਂ ਵੀ ਭੈਣੀ ਬਾਈਏ ਵਾਲਿਆ ਉਹ ਸੋਨਿਆ ਵੀਰਾ ਨੰਬਰ ਜੇ 13 ਤੋਂ ਜੋੜੇ ਤੇ ਗੱਲ ਜਿਹੜੀ ਬਣ ਜਾਣੀ ਹੈ ਕੋਈ ਨਾ ਕੋਈ ਬਾਲ ਜਿਹੜੀ ਟਿਕਾਣੇ ਤੇ ਲਾਉਣੀ ਪਊਗੀ ਠਰਲਾ ਪਿਆਰੀ ਹੈ ਉਹ ਲੋਕਾਂ ਨੂੰ ਦੱਸਣਾ ਪੈਣਾ ਵੀ ਹੋਇਆ ਕਿਹਦੇ ਕਰਮੇ ਸ਼ਿਕਾਰ ਛੱਡਦੇ ਹਾਲੇ ਰਫਲਾਂ ਚਲਾਉਣੀਆਂ ਨਹੀਂ ਜਦ ਭੁੱਲਿਆ ਵੀ ਹੋਇਆ ਕਿਹਦੇ ਕਰਮੇ ਸ਼ਿਕਾਰ ਛੱਡਦੇ ਹਾਲੇ ਰਫਲਾਂ ਚਲਾਉਣੀਆਂ ਨਹੀਂ ਚੱਕ ਭੁੱਲਿਆ ਦੱਸਣਾ ਪੈਣਾ ਵੀ ਮਿਹਨਤ ਕੀਤੀ ਸੀ ਆ ਸੀਜ਼ਨ ਦੇ ਵਿੱਚ ਇੱਧਰ ਪਾਸੀਆਂ ਵੇਟ ਪਿੰਡ ਦਾ ਬਣੀ ਹੈ ਬਾਲਾ ਸੋਨੀ ਦੇ ਲਾਲੂ ਫਿਰਦਾ ਟੱਕਰ ਸਿਰੇ ਦੀ ਹੈ ਉਹ ਮੁੰਡੇ ਕਹਿੰਦੇ ਇੱਕ ਦੂਜੇ ਦੇ ਰੱਜ ਕੇ ਭੇਤੀ ਹੈ ਵੀ ਇੱਥੇ ਕੋਈ ਨਾ ਕਿਸੇ ਲਈ ਮਰਦਾ ਜੀ ਹੇ ਬੱਲੇ ਨੰਬਰ 13 ਜੁੜ ਗਿਆ ਪੱਪੂ ਗਦਾਰਾ ਜੀ ਹੱਸਿਆ ਨੀ ਸਿਰਦਾ ਬਾਲਾਂ ਮੋੜਦੀਆਂ ਪੈਣਗੀਆਂ 13 ਤੇ 9 ਬਾਈ ਯਾਰ ਜਿੰਨੇ ਕੁ ਜਾਣੇ ਬੈਠੇ ਹੋ ਬਾਈ ਜੇ ਮੈਚ ਆ ਵਧੀਆ ਲੱਗ ਰਿਹਾ ਇੱਕ ਵਾਰੀ ਤਾੜੀ ਨਾ ਮਾਰ ਦੋ ਯਾਰ ਜ਼ੋਰਦਾਰ ਦੋਨੋਂ ਟੀਮਾਂ ਦੇ ਲਈ ਮੇਰਾ ਵੀਰ ਬਣ ਕੇ ਵੱਡੀਆਂ ਪੁਆਇੰਟਾਂ ਦੀ ਖੇੜਾ ਹੈ ਉਧਰ 13 ਨੰਬਰ ਆ ਵਧਾਈਆਂ ਦਾ ਰਿੰਕੂ ਨੰਬਰ 14 ਜੋੜਨ ਦੇ ਲਈ ਕਹਿੰਦੇ ਹਰਜਾਵਾਂ ਦਾ ਜ਼ੋਰ ਲਾਈ ਤੁਰਿਆ ਆਉਂਦਾ ਹੈ 13 ਤੇ 9 ਚਾਰਾਂ ਦਾ ਫਰਕ ਹੈ ਫਰਕ ਕਰਦਾ ਕੌਣ ਆ ਤੇ ਜਾਂ ਫਿਰ ਫਰਕ ਕਰੂਗਾ ਇਹ ਤੇ ਕਹਿੰਦੇ ਟਾਈਮ ਦੀ ਗੱਲਬਾਤ ਹੈ ਕਿ ਸਮੇਂ ਜਿਹਾ ਬਲਵਾਨ ਤੇ ਨਾ ਭਲਵਾਨ ਕੋਈ ਆਖਿਰ ਪੱਡਿਆਂ ਪੱਡਿਆਂ ਦੀ ਕੰਢ ਲਾ ਦਿੰਦਾ ਹਿੰਮਤ ਕਰਕੇ ਦੇਖ ਲੈ ਜੇ ਗੱਲ ਬਣ ਜਾਵੇ ਅੱਗੇ ਵਧਣ ਲਈ ਕੌਣ ਕਿਸੇ ਨੂੰ ਰਾਹ ਦਿੰਦਾ ਤੇ ਬਾਕੀ ਦੁੱਖ ਦੇ ਸਾਰੇ ਹੱਸ ਕੇ ਕਰ ਜਾਈਏ
ਉਹ ਬੇਬੀ ਨੂੰ ਕਿ ਤੇਰਾ ਦੁੱਖਰ ਬਣ ਜਾਂਦਾ ਬਈ ਸਮੇਂ ਦੀ ਗੱਲ ਬਲਵਾਨ ਤੇ ਨਾ ਭਲਵਾਨ ਕੋਈ ਆਖਿਰ ਵੱਡਿਆਂ ਵੱਡਿਆਂ ਦੀ ਕੰਡ ਲਾ ਦਿੰਦਾ ਗੱਬਾਰ ਤੇਰਾ ਉਹ ਕਦੇ ਖੇਡਦੇ ਮੈਦਾਨ ਦੇ ਵਿੱਚ ਆ ਤੇ ਦੇਖਾਂਗੇ ਚੌਦਵਾਂ ਕੌਣ ਜੋੜ ਕੇ ਬੱਲੇ ਬੱਲੇ ਕਰਾ ਦੇਗਾ ਉਹ ਕਹਿੰਦੇ ਕਮਾਲ ਦਾ ਮੈਚ ਅੱਜ ਕਹਿੰਦੇ ਖੇਡਿਆ ਜਾ ਰਿਹਾ ਫਿਰੋਸ਼ਾ ਦੀ ਧਰਤੀ ਹੈ ਇਤਿਹਾਸ ਜਿਹੜਾ ਸਿਰਜਿਆ ਜਾ ਰਿਹਾ ਬੱਲੇ ਭੈਣੀ ਪਾਈਏ ਵਾਲੇ ਆ ਤਕੜਾ ਹੋ ਜਾ ਆਹ ਲੁਧਿਆਣੇ ਵਾਲੇ ਮੁੰਡਿਆਂ ਦੀ ਅੱਖ ਮੈਨੂੰ ਤੇਰੇ ਤੇ ਲੱਗਦੀ ਹੈ ਉਹ ਕਹਿੰਦੇ ਕਮਾਲ ਕਰਦੀ ਹੈ ਭੁੱਖੇ ਨੇ ਕਹਿੰਦੇ ਬਾਹਰ ਭੈਣੀ ਪਾਈਏ ਵਾਲੇ ਆ ਉਹ ਤੇਰੇ ਗੁੱਟਾਂ ਤੇ ਖੜੀ ਕਰਦੀ ਹੈ ਹੁਣ ਭਾਵੇਂ ਵਰਲਡ ਕੱਪ ਜਿੱਤਦੀ ਹੈ ਤੇ ਜਿੰਨਾ ਟਾਈਮ ਧੋਖੇ ਤੇ ਬਾਲ ਨਹੀਂ ਨਾ ਲੱਗਦੀ ਹੈ ਸਵਾਦ ਨਹੀਂ ਆਉਣਾ ਉਹ ਬਦਲਾ ਲੈਣਾ ਪਊਗਾ ਸੁਣਿਆ ਵੀ ਦਾ ਫੜਦਾ ਪਿਆਰੀ ਹੈ ਸਰਬੱਚੇ ਨੌ ਤੇ 13 ਦਾ ਮੁਕਾਬਲਾ ਹੈ ਬਾਈ ਜੀ ਲੰਗਰ ਪ੍ਰਸ਼ਾਦਾ ਪਾਣੀ ਤਿਆਰ ਆ ਜੀ ਹਲੇ ਵੀ ਚੱਲੀ ਜਾਂਦਾ ਭਰਾਸਾ ਦੇ ਆਵਾਜ਼ਾਂ ਮਾਰ ਮਾਰ ਕੇ ਪ੍ਰਸ਼ਾਦਾ ਪਾਣੀ ਛਕਾ ਰਹੇ ਨਹੀਂ ਸੀ ਛੱਡ ਲਓ ਜਾ ਕੇ ਪ੍ਰਸ਼ਾਦਾ ਪਾਣੀ ਉਹ ਲੱਗਿਆ ਲੰਗਰ ਪ੍ਰਸ਼ਾਦਾ ਪਾਣੀ ਦੀ ਖੁੱਲਾ ਚੱਲ ਰਿਹਾ ਮੇਰਾ ਨਾਮ ਬਣ ਕੇ ਜ਼ਰੂਰ ਛੱਡ ਲਓ ਕੋਈ ਰਹਿ ਨਾ ਜਾਇਓ ਮੇਰਾ ਬਾਈ ਬਣ ਕੇ ਬੇਨਤੀ ਹੈ ਪ੍ਰਬੰਧਕ ਕਮੇਟੀ ਵਾਲੇ ਵੀਰ ਵਾਰ ਵਾਰ ਵਾਟਾਂ ਪਏ ਮਾਰ ਰਹੇ ਹੈ ਵੀ ਆਓ ਜਾਂ ਪ੍ਰਸ਼ਾਦਾ ਜ਼ਰੂਰ ਛੱਡ ਲਓ ਜੀ ਕਾਲਾ ਤੇਰਾ ਹੀ ਨੰਬਰ ਹੈ ਪਿੰਦਰ ਨੇ ਹੱਥ ਲਾਇਆ ਨੰਬਰ ਤੇਰਾ ਹੀ ਹੈ ਨਾ ਵੀ ਕਿੰਨੇ ਹੋ ਗਏ ਪਿੰਡ ਸਰਪੰਚ ਦੇ ਤੇ 11 ਹੋ ਗਏ 11 ਤੇ 13 ਆਹ ਤੇ ਬਾਲ ਕਾਦੀ ਮਾਰੀ ਗੁੱਸਾ ਹੀ ਕੱਢ ਗਿਆ ਕੋਈ 11 ਤੇ 13 ਹੋ ਗਈ ਹੈ ਦੋ ਪੁਆਇੰਟਾਂ ਦਾ ਫਰਕ ਬਾਕੀ ਆ ਉਨੀਆਂ ਦੀ ਖੇਡ ਆ ਮੇਰੇ ਮਿੱਤਰੋ ਔਰ ਉਧਰਲੇ ਪਾਸੇ ਜਿੰਨੇ ਵੀ ਭਰਾ ਸਾਡੇ ਲਾਈਵ ਜਿਹੜੇ ਬੈਠੇ ਆ ਇਕੱਲੇ ਇਕੱਲੇ ਵੀਰ ਦਾ ਦਿਲੋਂ ਧੰਨਵਾਦ ਆ ਬਰ ਜਾ ਸੋਡੀ ਇਹਦੇ ਬਾਲਾ ਭੈੜਾ ਸਾਹਮਣੇ ਗਲਤੀ ਕਰ ਗਿਆ ਫਰਾਰੀ ਤੇ ਸਫਲਤਾ ਜਿਹੜੀ ਘੱਟਿਆਂ ਦੀ ਟੀਮ ਦੇ ਖਾਤੇ ਨੂੰ ਜੁੜਦੀ ਹੈ ਲੰਘਿਆ ਵੇਲਾ ਜੁੜ ਕੇ ਵੀ ਹੱਥੋਂ ਦਾ ਹੁੰਦਾ ਖਾਲਸਾ ਦੀ ਗਲਤੀਆਂ ਸੁਧਾਰਨੀਆਂ ਪੈਣਗੀਆਂ ਹੈਲੋ ਬਹੁਤ ਵਧੀਆ ਮੁਕਾਬਲਾ ਖੇਡਿਆ ਜਾ ਰਿਹਾ ਹੈ ਦੋਨੋਂ ਟੀਮਾਂ ਦੇ ਖਿਡਾਰੀ ਬੜਾ ਜ਼ੋਰ ਲਾ ਰਹੇ ਨੇ ਜਿੱਤਣ ਦੇ ਲਈ ਵਧਾਈਆਂ ਵਾਲੇ ਰਿੰਕੂ ਨੇ ਅਗਲੀ ਸਰਵਿਸ ਕਰ ਦਿੱਤੀ ਹੈ ਬਹੁਤ ਧੰਨਵਾਦ ਸਾਉਣ ਵਾਲੇ ਵੀਰ ਨਾ ਵੀ 13 ਤੇ 11 ਦੀ ਟੱਕਰ ਹੈ ਜਿੱਦਾਂ ਜੋਤੀ ਦਾ ਮੈਚ ਆ ਬਾਈ ਯਾਰ ਤਾਰੀ ਦੀ ਮਾਰਦੇ ਤਾਰੀ ਮਾਰਦੇ ਜ਼ੋਰਦਾਰ ਘੁੱਕਿਆ ਉਹ ਤਗੜਾ ਹੋ ਜਾ ਨੰਬਰ 14 ਜੋੜਤਾ ਮੁੰਡਿਆਂ ਨੇ 14 ਤੇ ਕਦੇ 11 ਦਾ ਮੁਕਾਬਲਾ ਤਿੰਨਾਂ ਪੁਆਇੰਟਾਂ ਦੀ ਲੀਡ ਜਿਹੜੀ ਮੁੰਡਿਆਂ ਨੇ ਫੇਰ ਬਣਾ ਲਈ ਆ ਮੇਰੇ ਮਿੱਤਰੋ ਵੀ ਦਿਨ ਉਹ ਵੀ ਭੁੱਲ ਗਏ ਨਾ ਜਦੋਂ ਸਾਈਕਲ ਸੀ ਥੱਲੇ ਤੇ ਹੋਇਆ ਕੀ ਜੇ ਬਾਬੇ ਨੇ ਕਰਾਤੀ
ਬੱਲੇ ਬੱਲੇ ਰੱਜੇ ਹੋਈਏ ਆਪ ਤੇ ਭੁੱਖਾ ਲੱਗੇ ਹਰ ਕੋਈ ਇੰਨੇ ਅਸਬਾਦੀ ਹੱਥ ਲੱਗਣੇ ਨੀ ਚਾਹੀਦੇ। ਉਹ ਦੋ ਚੀਜ਼ਾਂ ਬੰਦੇ ਨੂੰ ਮਾਰ ਦਿੰਦੀਆਂ ਬਈ ਪੈਰ ਤੇ ਅਸੂਲ ਕਦੇ ਛੱਡਣੇ ਨੀ ਚਾਹੀਦੇ। ਆ ਕਹਿੰਦੇ ਰੂਲ ਅਸੂਲ ਭਰਾਵਾਂ ਦੇ ਅੱਜ ਜਿਹੜੇ ਕੈਦ ਕੀਤੇ ਨਾ ਖੇਡਦੇ ਗਰਾਊਂਡਾਂ ਦੇ ਵਿੱਚ ਹੈ ਉਹ 14-15 ਕਰਨਗੇ ਕੌਣ ਇਹਦੇ ਕਹਿੰਦੇ ਟਾਈਮ ਦੀ ਗੱਲ ਹੈ। ਉਧਰ ਪੜ੍ਹਾਈਆਂ ਵਾਲਾ ਰੇਕੂ ਹੈ ਬੜੇ ਕਹਿੰਦੇ ਫਿੱਟ ਜੇ ਸਰੀਰ ਦਾ ਮਾਲਕ ਬੜਾ ਪੜ੍ਹਿਆ ਲਿਖਿਆ ਖਿਡਾਰੀ ਹੈ ਮੁੰਡਾ ਕਹਿੰਦੇ ਮੁਸਰੀ ਆ ਇਹ ਆ ਗਿਆ ਫੇਰ ਪੱਲੇ ਪੱਲੇ ਉਹ ਪੱਲੇ 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 ਹੋ ਗਈ ਆ ਮੇਰੇ ਮਿੱਤਰੋ ਪਰ ਗੱਲ ਦੇ ਨੰਬਰ ਤੇ ਆ ਕੇ ਮੁੱਕਣੀ ਹੈ ਵਧਾਈਆਂ ਵਾਲਿਆ ਮੋੜੀ ਆਵੇ ਇਹ ਪੱਲੇ ਕਰਾਵਾਂਗੇ ਬਾਈ ਆਪਾਂ ਚੁੱਕਿਆ ਵਾਲੇ ਮੁੰਡੇ ਵੀ ਆਪਣੇ ਆਪ ਨੂੰ ਸਵੇਰੇ ਰੈਡੀ ਕਰ ਲੈਣਗੇ ਜੀ ਲਾਵੀ 15-11 ਦੇ ਪੁਆਇੰਟ ਔਰ ਤਕਰੀਬਨ 60-62 ਟੀਮਾਂ ਨੇ ਆਪਣੇ ਕੋਲੇ ਜਿਹੜਾ ਹਿੱਸਾ ਲਿਆ ਹੈ ਉਹਨਾਂ ਦੇ ਵਿੱਚੋਂ ਆਹ ਟੀਮਾਂ ਆਪਣੇ ਕੋਲ ਜਿੱਤ ਗਈ ਤੇ ਕਹਿੰਦੇ ਸੈਮੀ ਦੀਆਂ ਦਾਅਵੇਦਾਰ ਬਣੀਆਂ ਨੇ ਪਰ ਹੁਣ ਦੇਖਾਂਗੇ ਵੀ ਕਿਹੜੀ ਟੀਮ ਜਿੱਤ ਕੇ ਤੇ ਫਾਈਨਲ ਦੇ ਵਿੱਚ ਆਪਣੀ ਜਗ੍ਹਾ ਬਣਾਵੇਗੀ ਹੈ। ਅੱਗੇ ਮੁੰਡੇ ਕਹਿੰਦੇ ਚੁੱਕਿਆ ਵਾਲੇ ਉਡੀਕਦੇ ਪਏ ਆ ਵੀ ਆ ਜਾਓ ਮਾਸੀ ਦੇ ਪੁੱਤੋਂ ਲੰਘਣ ਦੇ ਕਿਹੜੇ ਪਾਸੇ ਦੀ ਹੈ ਅੱਜ ਦੇ ਕਹਿੰਦੇ ਸਾਰੇ ਦੇ ਸਾਰੇ ਮੈਚ ਬੜੇ ਤਗੜੇ ਭੈਣੀ ਬਾਈਏ ਵਾਲਿਆ ਇਹਨਾਂ ਦੀ ਅੱਖ ਮੈਂ ਤੈਨੂੰ ਪਹਿਲਾਂ ਵੀ ਕਿਹਾ ਤੇਰੇ ਧੀਆ ਇਹ ਮੁੰਡੇ ਬਾਲਾਂ ਤੇਰੇ ਤੇ ਲਾਂਡੂ ਫਿਰਦੇ ਆ ਖੰਜਾਰੀ ਪਿੱਤਰ ਨੇ ਫੇਰ ਨੰਬਰ ਦਾ ਵਾਧਾ ਕਰ ਦਿੱਤਾ ਆਪਣੀ ਟੀਮ ਦੇ ਲਈ ਮੇਰੇ ਮਿੱਤਰੋ ਵੀ ਲੋਰੀਆਂ ਮੋਬਾਈਲ ਤੇ ਸੁਣਾਉਣ ਵਾਲੀਆਂ ਭੁੱਲ ਜਾਣ ਮਾਵਾਂ ਪੁੱਤ ਸ਼ੇਰ ਹੋਣਗੇ ਤੇ ਤਾਕਤਾਂ ਦੀ ਡੋਜ ਜਿਹੜੇ ਚਿੱਟਾ ਦੱਸਦੇ ਆ ਬਈ ਜੰਗ ਦੇ ਮੈਦਾਨੀ ਡਿੱਟੀ ਢੇਰ ਹੋਣਗੇ ਤੇ ਖੇਡ ਦਾ ਮੈਦਾਨ ਸਿੱਧਾ ਕਰੇ ਫੈਸਲੇ ਸਰਦਾਰਾਂ ਦੇ ਫਨਾਲੇ ਕੋਈ ਗਰੈਂਡ ਦੀ ਹੁੱਬੇ ਤੇ ਪੱਕਾ ਵੀ ਨਾ ਲੱਗੇ ਕਦੇ ਸੇਲ ਮਿੱਤਰਾ ਉਹ ਚੁੰਨੀਆਂ ਦੇ ਕਦੇ ਕੋਈ ਬ੍ਰੈਂਡ ਦੀ ਹੁੰਦੇ ਆ ਪੱਗਾਂ ਦੀ ਨਾ ਲੱਗੇ ਕਦੇ ਸੇਲ ਮਿੱਤਰਾ ਤੇ ਚੁੰਨੀਆਂ ਦੇ ਕਦੇ ਕੋਈ ਬ੍ਰੈਂਡ ਦੀ ਹੁੰਦੇ ਆ ਉਹ ਗੁਰਾਗੇ ਹੋਵੇ ਜਿੰਨਾ ਸੀਸ ਟੇਕਿਆ ਤੇ ਉਹਨਾਂ ਨੂੰ ਚੁਕਾਉਂਦੇ ਆ ਕੋਈ ਰਿਮਾਂਡ ਨੀ ਹੁੰਦੇ ਆ ਪੱਗਾਂ ਦੀ ਨਾ ਲੱਗੇ ਕਦੇ ਸੇਲ ਮਿੱਤਰਾ ਤੇ ਚੁੰਨੀਆਂ ਦੇ ਕਦੇ ਕੋਈ ਬ੍ਰੈਂਡ ਦੀ ਹੁੰਦੇ ਆ ਫਾਊਲ ਹੋ ਗਿਆ 15-11 ਸਰਪੰਚ ਡੁੱਡੇ 15-11 ਗੁੱਡੀਆਂ ਦਾ ਮੈਚ ਹਾਲੇ ਤਾਂ ਵੀ ਚੁੱਕਿਆਂ ਵਾਲੇ ਭਰਾਵਾਂ ਨੂੰ ਮੇਰੀ ਬੇਨਤੀ ਹੈ ਚੁੱਕਿਆਂ ਵਾਲੇ ਮੁੰਡੇ ਬਾਈ ਚੁੱਕਿਆਂ ਦੀ ਟੀਮ ਦੇ ਖਿਡਾਰੀ ਆਪਣੇ ਆਪ ਨੂੰ ਆਪਣੇ ਬਿਲਕੁਲ ਰੈਡੀ ਕਰ ਲੈਣ ਦੀ ਚੁੱਕਿਆਂ ਵਾਲੇ ਮੁੰਡੇ
ਵਾਹ ਵੀ ਵਾਹ ਲੈ ਵੀ ਕਾਲਾ ਆ ਗਿਆ ਸੈਂਟਰ ਦੇ ਵਿੱਚ ਖੰਜਰਾਂ ਜੀ ਕਹਿੰਦੇ ਕਾਲੇ ਨੇ ਸੈਂਟਰ ਦੇ ਵਿੱਚ ਵਾਪਸੀ ਕਰ ਦਿੱਤੀ ਹੈ ਵੀ ਕਰਦੀ ਖਰਾਬ ਗਰਮੀ ਜੋ ਸੀਨੇ ਦੀ ਤੇ ਸੂਈ ਵਾਂਗੂ ਜਿਹਦੇ ਪਿੰਡ ਭਾਦੋ ਪੀਠੇ ਦੀ ਆ ਆਓ ਪਾਣੀ ਦਾ ਕੰਮ ਚੱਲਦਾ ਚਬਾਨ ਤੇ ਪਾਦੋ ਪਾਗ ਤੀਵੀ ਸੂਟਾਂ ਦੀ ਦੁਕਾਨ ਤੇ ਛਿੱਤਰ ਟਕਾਵੇ ਚੰਬਲੇ ਜਵਾਕ ਨੂੰ ਨਾਗਾ ਪਾਉਣਾ ਔਖਾ ਨਿੱਤ ਦੇ ਪਿਆਗ ਨੂੰ ਆਓ ਲਾ ਕੇ ਕਈਆਂ ਗੱਲਾਂ ਸੀਨੇ ਖੁੱਪ ਜਾਂਦੀਆਂ ਤੇ ਮਾਰੇ ਟਾਈਮ ਬੱਤਕਾਂ ਵੀ ਡੁੱਬ ਜਾਂਦੀਆਂ ਕੋਈ ਮਾਰੇ ਟਾਈਮ ਬੱਤਕਾਂ ਵੀ ਡੁੱਬ ਜਾਂਦੀਆਂ ਗੱਲ ਚੰਗੇ ਮਾਰੇ ਟਾਈਮ ਦੀ ਹੁੰਦੀ ਹੈ ਇੱਧਰ 15 ਤੋਂ 16 ਵਧਾਈਆਂ ਵਾਲਾ ਮੇਰੇ ਮਿੱਤਰੋ ਬਾਬੇ ਕਦੇ ਉੱਤੇ ਬੈਠਾ ਤੁਰਿਆ ਆਉਂਦਾ ਵਧਾਈਆਂ ਵਾਲਾ ਵੀ ਪੂਰਾ ਫਿੱਟਾ ਮੇਰੇ ਮਿੱਤਰੋ ਪਰ ਖੰਜਰ ਵਾਲੀਆ ਜਦੋਂ ਆਈ ਤੇ ਆਉਂਦਾ ਤੇ ਫਿਰ ਆਈ ਕਰਦਾ ਖੰਜਰ ਵਾਲੀਆ ਜਿੱਤੇ ਫਿੱਟ ਹੁੰਦਾ ਤੇ ਫਿਰ ਵੱਡੇ ਵੱਡੇ ਅਟੈਕਰਾਂ ਦੇ ਨੱਕ ਚ ਦਮ ਕਰ ਦਿੰਦਾ ਮੇਰੇ ਮਿੱਤਰੋ ਮੈਂ ਵੀ ਬਾਈ ਯਾਰ ਜਿੰਨਾ ਜਿੰਨਾ ਨੂੰ ਪਿੱਤਰ ਦੀ ਖੇਡ ਵਧੀਆ ਲੱਗਦੀ ਹੈ ਵੀਰੇ ਇੱਕ ਵਾਰੀ ਪਿੱਤਰ ਲਈ ਤਾਰੀ ਜ਼ੋਰਦਾਰ ਮਾਰ ਦੋ ਮੇਰੇ ਸੋਨੇ ਵੀਰ ਬਣ ਕੇ ਬਹੁਤ ਬਹੁਤ ਧੰਨਵਾਦ ਹੈ ਇੱਧਰ ਕਹਿੰਦੇ ਪਿੱਤਰ ਨੇ ਕਮਾਲ ਦਾ ਪੁਆਇੰਟ ਜੋੜ ਦਿੱਤਾ ਆਪਣੀ ਟੀਮ ਦੇ ਲਈ ਵੱਡਾ ਕਹਿੰਦੇ ਪਲੇਅਰ ਦਾ ਉਹ ਕਹਿੰਦੇ ਪਿੱਤਰ ਦਾ ਮੇਰੇ ਮਿੱਤਰੋ ਬੜਾ ਕਹਿੰਦੇ ਨਾਮ ਹੈ ਮੁੰਡੇ ਦਾ ਬਾਨੀ ਦਾ ਪੰਦਰਾਂ ਨੇ ਬਾਈ ਕੇ ਨੰਬਰ ਬਣ ਗਿਆ 15-11 ਹਾਲੇ ਤੇ ਪ੍ਰਧਾਨ ਹੋਈ ਗੱਲ ਦੂਆ ਵੱਜੂ ਦੋ ਨੂੰ ਘਰੇ ਪਹੁੰਚ ਗਿਆ ਦੂਜੀ 4 ਵਜੇ ਆ ਕਾਲਿਆ ਮਣੀ ਬਾਸੀਆਂ ਵਾਹ ਬਈ ਵਾਹ ਭੁੱਖਾ ਗਿਆ
ਨਾਲ ਹੀ ਉੱਧਰ ਅਰਸ਼ ਆ ਭਰਾ ਸਾਡਾ ਕਨੇਡਾ ਵਾਲਾ ਅਰਸ਼ ਦੇ ਵੱਲੋਂ ਸਾਨੂੰ ਅੱਜ ਦੇ ਸਿੱਖੇ ਟੂਰਨਾਮੈਂਟ ਦੇ ਲਈ ਤੀਜਾ ਤੇ ਚੌਥਾ ਪ੍ਰਾਈਜ਼ ਦਿੱਤਾ ਗਿਆ ਸੋ ਬਹੁਤ ਬਹੁਤ ਮੈਂ ਧੰਨਵਾਦ ਕਰਾਂਗਾ ਸਵਰਗੀ ਸਰਦਾਰ ਦਲਜੀਤ ਸਿੰਘ ਜੀ ਭੋਲਾ ਸਰਪੰਚ ਔਰ ਸਵਰਗੀ ਸਰਦਾਰ ਜਗਜੀਤ ਸਿੰਘ ਜੀ ਮੁੱਖ ਕਬੱਡੀ ਖਿਡਾਰੀ ਇਹਨਾਂ ਵੱਲੋਂ ਵੱਡੇ ਜਿਹੜੇ ਸਾਨੂੰ ਸਹਿਯੋਗ ਆਏ ਅੱਜ ਇਸ ਵੱਡੇ ਕੰਮ ਦੇ ਲਈ ਅਰਸ਼ ਵੀਕਾਂ ਦੇ ਲਾਈਨ ਤੇ ਆ ਗਿਆ ਤੀਜਾ ਤੇ ਚੌਥਾ ਪ੍ਰਾਈਜ਼ ਵੀਰ ਦੇ ਵੱਲੋਂ ਸਾਨੂੰ ਸਪੋਂਸਰ ਕੀਤਾ ਗਿਆ ਅੱਜ ਦੇ ਸਿੱਖੇ ਟੂਰਨਾਮੈਂਟ ਦਾ ਬਹੁਤ ਬਹੁਤ ਧੰਨਵਾਦ ਮੈਂ ਕਰਾਂਗਾ ਤਾਂ ਸੋਲਾਂ ਤੇ ਕਦੇ ਗਿਆਰਾਂ ਦੀ ਟੱਕਰ ਹੈ ਇਹ ਵੀ ਸੋਨੀ ਨੰਬਰ ਦੀ ਅਸੀਂ ਤਾਰਵਾਂ ਹੁਣ ਤੂੰ ਜੋੜ ਕੇ ਦਿਖਾ ਦੇਣਾ ਤੇ ਤੈਨੂੰ ਤਾਂ ਮੰਨੀਏ ਉਹ ਤੂੰ ਵੀ ਆਪਣੇ ਆਪ ਨੂੰ ਅਰਦਾ ਪਿਆਰੀ ਖੰਜਰ ਵਾਲੀ ਕਾਲਾ ਸੈਂਟਰ ਦੇ ਵਿੱਚ ਆਇਆ ਫਿਰ ਇਧਰਲੇ ਪਾਸੇ ਇਹ ਲੋਕੀ ਕਹਿੰਦੇ ਕਾਲਾ ਕਾਲਾ ਮੈਂ ਤੇ ਤੋਲਿਆ ਭਰ ਕੇ ਫੁੱਲ ਦੇ ਗੁਲਾਬ ਦਿਆ ਉਹ ਕਿਤੋਂ ਆ ਜਾ ਨਦੀ ਵਿੱਚ ਤਰਕੇ ਫੁੱਲ ਦੇ ਗੁਲਾਬ ਦਿਆ ਕਿਤੋਂ ਆ ਜਾ ਨਦੀ ਵਿੱਚ ਤਰਕੇ ਮੁਕਾਬਲਾ ਤਗੜਾ ਭੈਣੀ ਬਾਈ ਵਾਲਿਆ ਕਰਖਾ ਕੋਸ਼ਿਸ਼ ਪਰ ਸਾਹਮਣੇ ਫਾਉਲ ਹੋ ਗਿਆ ਨੰਬਰ 17ਵਾਂ ਜੁੜ ਗਿਆ ਬਾਈ ਜੀ ਚੁੱਕਿਆ ਦੀ ਟੀਮ ਨੂੰ ਮੇਰੀ ਬੇਨਤੀ ਆ ਮੇਰਾ ਵੀਰ ਬਣ ਕੇ ਜਲਦੀ ਦੇ ਨਾਲ ਨੇੜੇ ਆ ਗਏ ਜੀ ਵਾਰਮ ਅਪ ਕਰ ਲਓ ਆਪਣੇ ਆਪ ਨੂੰ ਮੇਰਾ ਵੀਰ ਬਣ ਕੇ ਚੁੱਕਿਆ ਵਾਲੇ ਮੁੰਡੇ ਸੂਬੇ ਨੂੰ ਵੀ ਵੱਡੀਆਂ ਮੁਬਾਰਕਾਂ ਹੈ ਬੰਦਾ ਕਹਿੰਦੇ ਫਾਈਨਲ ਦੇ ਵਿੱਚ ਆ
ਨਾਲ ਹੀ ਵੀਰੇ ਖੰਜਰਾਂ ਦੀ ਟੀਮ ਆਪਣਾ ਚੌਥਾ ਪ੍ਰਾਈਜ਼ ਲੈ ਕੇ ਜਾਓ ਜਲਦੀ ਦੇ ਨਾਲ ਖੰਜਰ ਵਾਲੀ ਮੁੰਡੇ ਚੌਥਾ ਪ੍ਰਾਈਜ਼ ਲੈ ਜਾਓ ਅੱਗੇ ਮੇਰਾ ਵੀਰ ਬਣ ਕੇ ਜਲਦੀ ਦੇ ਨਾਲ ਫਿਰਦੀ ਦੀ ਪੈਰ ਬਣੇ ਲੱਗਣ ਲੱਗ ਗਏ ਖੇਡੋ।